ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਮੁਜੱਸਮਾ ਆਬੇ ਹਯਾਤ ਸਰਵਰੇ ਕਾਇਨਾਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੇ ਅਜ਼ੀਜ਼ ਹਾਜ਼ਰੀਨ, ਕੋਈ ਰਸਨਾ ਵਾਂਝੀ ਨਾ ਰਹੇ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਮੁਕੱਦਸ ਫਤਿਹ ਬੁਲੰਦ ਕਰੀਏ। ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰਕਰਨ ਨੂੰ, ਵਿਸ਼ੇ ਨੂੰ ਮੈਂ ਅਰਦਾਸ ਤੋਂ ਸ਼ੁਰੂ ਕਰਨਾ ਕਿ ਅਰਦਾਸ ਤੋਂ ਮਨੁੱਖ ਦੇ ਜੀਵਨ ਦਾ ਵਿਕਾਸ ਕਿਵੇਂ ਹੁੰਦਾ, ਵਿਕਾਸ ਦੇ ਕਿਸ ਸਿਖਰ ਦੇ ਉੱਪਰ ਮਨੁੱਖ ਪਹੁੰਚਦਾ ਹੈ, ਕਿ ਉਸ ਸਿਖਰ ਦੇ ਉੱਪਰ ਪਹੁੰਚਿਆ ਹੋਇਆ ਸਿੱਖ ਗੁਰੂ ਦੇ ਇੰਨੇ ਨੇੜਿਆ ਹੋ ਜਾਂਦਾ ਹੈ ਕਿ ਫਿਰ ਇਬਾਦਤ ਤੋਂ ਸ਼ਹਾਦਤ ਦਾ ਸਫ਼ਰ ਸ਼ੁਰੂ ਹੋ ਜਾਂਦਾ। ਇਹ ਮੈਂ ਇਸ ਕਰਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਨੇ, ਇਸ ਮਹੀਨੇ ਦੇ ਵਿੱਚ ਅਸੀਂ ਇੱਕ ਬਹੁਤ ਹੀ ਪਵਿੱਤਰ ਦਿਹਾੜਾ ਮਨਾਉਣਾ ਹੈ, ਔਰ ਉਸ ਪਵਿੱਤਰ ਦਿਹਾੜੇ ਦੇ ਨਾਮਕਰਨ ਦੇ ਧਾਰਮਿਕ ਸਿਧਾਂਤਾਂ ਤੋਂ ਦੂਰ ਹੋਣ ਕਰਕੇ ਅਸੀਂ ਉਸ ਪਵਿੱਤਰ ਦਿਹਾੜੇ ਤੋਂ ਦੂਰ ਜਾਈ ਜਾ ਰਹੇ ਹਾਂ। ਅਸੀਂ ਕਿਉਂ ਦੂਰ ਜਾ ਰਹੇ ਹਾਂ? ਕਿਉਂਕਿ ਰਸਮਾਂ ਮਟੀਰੀਅਲਿਜ਼ਮ ਪਦਾਰਥਵਾਦ ਦੇ ਨਾਲ ਅਤੇ ਰਸਮਾਂ ਦੇ ਨਾਲ ਜ਼ਿਆਦਾ ਜੁੜਦੇ ਹਾਂ, ਜਦੋਂ ਕਿ ਧਾਰਮਿਕ ਇਤਿਹਾਸ ਮਰਿਆਦਾ ਅਤੇ ਵਿਚਾਰਧਾਰਾ ਦੇ ਨਾਲ ਘੱਟ ਜੁੜਦੇ ਹਾਂ। ਸਾਰਿਆਂ ਨੂੰ ਪੁੱਛ ਲਈਏ, ਜੇ ਪੁੱਛਿਆ ਜਾਵੇ ਕਿ ਕਿਹੜਾ ਦਿਹਾੜਾ ਆਉਣਾ ਹੈ ਤਾਂ ਸਾਰੇ ਕਹਿਣਗੇ ਰੱਖੜ ਪੁੰਨਿਆ, ਪਰ ਤ੍ਰਾਸਦੀ ਦੀ ਗੱਲ, ਨਾ ਤਾਂ ਅਸੀਂ ਰੱਖੜੀ ਦੇ ਪੁਜਾਰੀ ਅਤੇ ਨਾ ਅਸੀਂ ਪੂਰਨਮਾਸ਼ੀ ਦੇ ਪੁਜਾਰੀ। ਇੱਕ ਸਾਡੇ ਧਾਰਮਿਕ ਵਿਕਾਸ ਦਾ ਇੱਕ ਸਿਖਰ ਸੀ ਜਿਹਨੂੰ ਅਸੀਂ ਕਹਿਣਾ ਸੀ ਗੁਰੂ ਲਾਤੋਰੇ ਦਿਵਸ, ਅਤੇ ਅਸੀਂ ਬਣਾ ਦਿੱਤਾ ਰੱਖੜ ਪੁੰਨਿਆ। ਅੱਜ ਅਸੀਂ ਗੁਰੂ ਦੀ ਗੋਦ 'ਚ ਬੈਠ ਕੇ ਇਹੀ ਵਿਚਾਰਾਂ ਕਰਨੀ ਹੈ, ਇਹੀ ਅਰਦਾਸ ਕਰਨੀ ਹੈ ਕਿ ਇਹ ਸਾਡਾ ਵਿਰਸਾ ਜਿਹੜਾ, ਅਸੀਂ ਇਸ ਵਿਰਸੇ ਨੂੰ ਤਾਂ ਸੰਭਾਲ ਸਕਾਂਗੇ ਜੇਕਰ ਉਸ ਵਿਰਸੇ ਦੇ ਪ੍ਰਕਰਨ ਨਾਲ ਸੰਬੰਧਿਤ ਸਾਡੇ ਇਤਿਹਾਸਿਕ ਨਾਮਕਰਨ ਹੋਣਗੇ। ਤਾਂ ਨਹੀਂ ਤਾਂ ਆਉਣ ਵਾਲੇ ਹੋਰ ਕੁਝ ਸਾਲਾਂ ਤੱਕ ਸਾਡੇ ਬੱਚਿਆਂ ਨੂੰ ਰੱਖੜੀ ਅਤੇ ਪੁੰਨਿਆ ਤਾਂ ਯਾਦ ਰਹਿ ਸਕਦੇ ਨੇ, ਪਰ ਗੁਰੂ ਲਾਤੋਰੇ ਦੀ ਮਹਾਨਤਾ ਜਿਹੜੀ ਹੈ ਉਹ ਸਾਡੀ ਮਾਨਸਿਕਤਾ ਦੇ ਵਿੱਚੋਂ ਹੌਲੀ ਹੌਲੀ ਵਿਸਰ ਜਾਵੇਗੀ। ਵੈਸੇ ਤਾਂ ਕਾਫੀ ਸੰਸਥਾਵਾਂ ਦੇ ਨਾਲ ਸਾਡੀ ਇਸ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਲਿਖਤੀ ਤੌਰ 'ਤੇ ਵੀ, ਔਰ ਇਹ ਚੱਲ ਵੀ ਰਹੀ ਹੈ ਕਿ ਇਤਿਹਾਸਿਕ ਤੌਰ 'ਤੇ ਇਹ ਜਿਹੜਾ ਬਾਬੇ ਬਕਾਲੇ ਸਾਹਿਬ ਜਿਹੜਾ ਦਿਵਸ ਮਨਾਇਆ ਜਾਂਦਾ ਹੈ, ਇਹਦਾ ਨਾਮ ਹੀ ਗੁਰੂ ਲਾਤੋਰੇ ਦਿਵਸ ਜਿਹੜਾ ਉਹ ਰੱਖ ਦਿੱਤਾ ਜਾਵੇ। ਕਿਉਂਕਿ ਜੇ ਗੁਰੂ ਲਾਤੋਰੇ ਦਿਵਸ ਦਾ ਪਤਾ ਹੋਵੇਗਾ ਸਾਨੂੰ, ਤਾਂ ਫਿਰ ਅਸੀਂ ਆਪਣੇ ਇਤਿਹਾਸਿਕ ਵਿਰਸੇ ਦੇ ਉੱਪਰ ਮਾਣ ਕਰ ਸਕਾਂਗੇ। ਕਿਉਂਕਿ ਮੇਰੀ ਉਹ ਭੈਣੋ, ਇਸ ਨੂੰ ਕੇਵਲ ਇੱਕ ਮਜ਼ਾਕੀਆ ਲਹਿਜ਼ੇ ਦੀ ਗੱਲ ਨਾ ਸਮਝਿਓ, ਵਿਪਰਵਾਦ ਦੇ ਕਿਸੇ ਨਾ ਕਿਸੇ ਵਿਚਾਰਧਾਰਕ ਪੱਖ 'ਚੋਂ ਆਈ ਰੱਖੜੀ ਅੱਜ ਸਾਡੇ ਧਰਮ ਦਾ ਹਿੱਸਾ ਬਣ ਗਈ, ਪਰ ਸਾਨੂੰ ਗੁਰੂ ਲਾਤੋਰੇ ਦਾ ਇਤਿਹਾਸ ਉਹ ਭੁੱਲ ਗਿਆ। ਸੋ ਅਸੀਂ ਗੱਲ ਅਰਦਾਸ ਤੋਂ ਸ਼ੁਰੂ ਕਰਾਂਗੇ। ਅਰਦਾਸ ਤੋਂ ਗੱਲ ਇਸ ਕਰਕੇ ਸ਼ੁਰੂ ਕਰਨੀ ਪੈਂਦੀ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਗੁਰੂ ਦੇ ਅੱਗੇ ਅਰਦਾਸ ਕਰਨ ਤੋਂ ਪਹਿਲਾਂ ਸਿੱਖ ਦਾ ਮਾਨਸਿਕ ਚਿੰਤਨ ਕਿਵੇਂ ਦਾ ਹੋਵੇ। ਅਰਦਾਸ ਅਸੀਂ ਸਾਰੇ ਕਰਦੇ ਹਾਂ, ਪਰ ਕਈ ਵਾਰੀ ਮਨ ਦੇ ਵਿੱਚ ਇਹ ਆਉਂਦਾ ਅਰਦਾਸ ਕੀਤੀ ਸੀ ਪੂਰੀ ਕਿਉਂ ਨਹੀਂ ਹੋਈ। ਇਹ ਬਹੁਤ ਘੱਟ ਜਾਣਦੇ ਹੈ ਕਿ ਗੁਰੂ ਪਾਤਸ਼ਾਹ ਨੇ ਇਹ ਵੀ ਕਿਹਾ ਕਿ ਦੋਏ ਕਰ ਜੋਰ ਕਰੋ ਅਰਦਾਸ ਤੁੱਤ ਭਾਵੇ ਕਿ ਆਣੇ ਰਾਸ। ਹੋ ਸਕਦਾ ਹੈ ਸਾਡੀ ਕੀਤੀ ਅਰਦਾਸ ਦੇ ਵਿੱਚ ਸਾਡਾ ਭਲਾ ਨਾ ਹੋਵੇ, ਹੋ ਸਕਦਾ ਜਿਸ ਕਾਰਜ ਦੇ ਵਾਸਤੇ ਅਰਦਾਸ ਕਰ ਰਹੇ ਹਾਂ ਉਸ ਅੰਤਰਜਾਮੀ ਪਰਮਾਤਮਾ ਨੂੰ ਪਤਾ ਹੋਵੇ ਕਿ ਇਸ ਕਾਰਜ ਦੇ ਨਾਲ ਇਸ ਮਨੁੱਖ ਦੀ ਭਲਾਈ ਨਹੀਂ ਹੈ। ਸੋ ਅਰਦਾਸ ਉਹੀ ਪੂਰਨ ਹੁੰਦੀ ਹੈ ਜਿਹੜੀ ਉਸ ਗੁਰੂ ਨੂੰ ਪਾਉਂਦੀ ਹੈ। ਅਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਭਗਤ ਬਸ਼ਲ ਸੁਣ ਰਿਧੇ ਨਿਰਾਸ਼ ਹੋ। ਕਹਿੰਦੇ ਜਦੋਂ ਪਰਮਾਤਮਾ ਮੈਂ ਤੇਰੇ ਨਾਮ ਦੇ ਨਾਲ ਇਹ ਗੱਲ ਸੁਣਦਾ ਨਾ ਕਿ ਤੂੰ ਭਗਤ ਬਸ਼ਲ ਹੈ, ਤੂੰ ਭਗਤਾਂ ਦੀ ਰੱਖਿਆ ਕਰਨ ਵਾਲਾ, ਤਾਂ ਕਹਿੰਦੇ ਮੈਂ ਨਿਰਾਸ਼ ਹੋ ਜਾਂਦਾ। ਇਹ ਬੜੀ ਅਜੀਬ ਗੱਲ ਹੈ। ਕਹਿੰਦੇ ਭਗਤ ਬਸ਼ਲ ਸੁਣ ਹੋਤ ਨਿਰਾਸ਼ ਰਿਧੇ। ਕਹਿੰਦੇ ਜਦੋਂ ਮੈਨੂੰ ਕੋਈ ਇਹ ਕਹਿੰਦਾ ਹੈ ਕਿ ਪਰਮਾਤਮਾ ਜਿਹੜਾ ਉਹ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ, ਤਾਂ ਮੈਂ ਨਿਰਾਸ਼ ਹੋ ਜਾਂਦਾ। ਕਿਸ ਕਰਕੇ ਨਿਰਾਸ਼ ਹੋ ਜਾਂਦਾ? ਕਿ ਮੈਂ ਭਗਤ ਨਹੀਂ ਹੈਗਾ। ਸੇ ਭਗਤ ਸਤਿਗੁਰ ਮਨ ਪਾਏ। ਮੇਰੇ ਕੋਲ ਨਾ ਤਾਂ ਭਾਉ ਹੈ, ਨਾ ਗਿਆਨ ਹੈ, ਨਾ ਤਿਆਗ ਹੈ।
ਇਸ ਕਰਕੇ ਮੈਂ ਨਿਰਾਸ਼ ਹੋ ਜਾਂਦਾ, ਪਰਮਾਤਮਾ ਤੂੰ ਤਾਂ ਕੇਵਲ ਉਹਨਾਂ ਦੀ ਰੱਖਿਆ ਕਰਦਾ ਜਿਹੜੇ ਤੇਰੇ ਭਗਤ ਨੇ। ਪਰ ਕਹਿੰਦੇ ਫਿਰ ਮੇਰੇ ਮਨ ਨੂੰ ਹੌਸਲਾ ਕਿਵੇਂ ਹੁੰਦਾ? ਪਤਿਤ ਪਾਵਨ ਸੁਨ ਰਿਦੇ, ਜਦੋਂ ਮੈਂ ਸੋਚ ਲੈਂਦਾ ਕਿ ਤੂੰ ਪਤਿਤ ਅਤੇ ਪਾਵਨ ਵੀ ਆ, ਜਦੋਂ ਪਤਿਤ ਪਾਵਨ ਸ਼ਬਦ ਆ ਜਾਂਦਾ ਨਾ, ਤਾਂ ਫਿਰ ਕਹਿੰਦੇ ਪਤਿਤ ਪਾਵਨ ਸੁਨ ਰਿਦੇ ਉਰਧਾਰ ਹੋ, ਅਤੇ ਫਿਰ ਮੈਂ ਆਪਣੇ ਇਹਨਾਂ ਸ਼ਬਦਾਂ ਨੂੰ ਹਿਰਦੇ 'ਚ ਵਸਾ ਲੈਂਦਾ ਕਿ ਫਿਰ ਕੀ ਹੋਇਆ ਜੇ ਮੈਂ ਭਗਤ ਨਹੀਂ ਹੈਗਾ, ਅਤੇ ਕਮ ਸੇ ਕਮ ਇਹ ਅਕਾਲ ਪੁਰਖ ਮੈਨੂੰ ਤੇਰੇ 'ਤੇ ਇੰਨਾ ਮਾਣ ਤਾਂ ਹੈਗਾ ਕਿ ਤੂੰ ਸਾਡੇ ਵਰਗੇ ਪਤਿਤਾਂ ਦਾ ਵੀ ਉਧਾਰ ਕਰ ਦਿੰਦਾ, ਮੈਨੂੰ ਇਹ ਮਾਣ ਤਾਂ ਹੈਗਾ। ਕਹਿੰਦੇ ਫਿਰ ਮੈਂ ਸੋਚਦਾ ਪਰਮਾਤਮਾ ਤੂੰ ਤਾਂ ਅੰਤਰਜਾਮੀ ਹੈ, ਅੰਤਰਜਾਮੀ ਸੁਣ ਕੰਪਤ ਅੰਤਰ ਮਨ। ਕਹਿੰਦੇ ਜਦੋਂ ਮੈਨੂੰ ਇਹ ਪਤਾ ਲੱਗਦਾ ਨਾ ਕਿ ਤੂੰ ਅੰਤਰਜਾਮੀ ਹੈ, ਤਾਂ ਮੈਂ ਸਾਰਾ ਕੰਬਣ ਲੱਗ ਜਾਂਦਾ। ਕਿਉਂ? ਕਿਉਂਕਿ ਮੈਂ ਤਾਂ ਕਦੀ ਆਪਣੇ ਮਨ ਨੂੰ ਸਾਫ ਲੈ ਕੇ ਤੇਰੇ ਦਰਬਾਰ 'ਚ ਬੈਠਾ ਹੀ ਨਹੀਂ, ਮੇਰੇ ਮਨ ਅੰਦਰ ਕੀ ਚੱਲ ਰਿਹਾ? ਪਰਮਾਤਮਾ ਜਦੋਂ ਮੈਨੂੰ ਇਹ ਪਤਾ ਲੱਗਦਾ ਕਿ ਤੂੰ ਉਹ ਵੀ ਜਾਣਦਾ, ਅੰਤਰ ਜਾਮੀ ਸੁਣ ਅੰਤਰ ਕੰਪਤ ਮਨ। ਕਹਿੰਦਾ ਮੇਰਾ ਮਨ ਅੰਦਰੋਂ ਕੰਬਦਾ ਜਦੋਂ ਮੈਨੂੰ ਪਤਾ ਲੱਗ ਜਾਂਦਾ ਕਿ ਪਰਮਾਤਮਾ ਤੂੰ ਅੰਤਰ ਜਾਮੀ ਹੈ। ਅਤੇ ਫਿਰ ਕਹਿੰਦੇ ਦੀਨ ਕੇ ਦਿਆਲ ਸੁਣ ਭਰਮ ਭੈ ਟਾਰ ਹੋ, ਪਰ ਫਿਰ ਮੈਂ ਆਪਣੇ ਭਰਮ ਅਤੇ ਭੈ ਤੋਂ ਮੁਕਤ ਹੋ ਕੇ ਬਹਿ ਜਾਂਦਾ ਕਿ ਫਿਰ ਵੀ ਤਾਂ ਸਾਡੀ ਰੱਖਿਆ ਕਰਨ ਵਾਲਾ ਤੂੰ ਹੀ ਹੈ ਨਾ। ਗੱਲ ਕੀ ਕਿ ਮੇਰੇ 'ਚ ਸਾਰੇ ਹੀ ਔਗਣ ਨੇ, ਅਤੇ ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਤਾਂ ਤੂੰ ਹੀ ਹੈ ਨਾ। ਅਗਲੀ ਗੱਲ ਕਰਦੇ ਨੇ, ਕਹਿੰਦੇ ਜਲ ਧਰ ਸੰਗਮ ਅਫਲ ਸਿਮਲ ਦਰੁਮ। ਜਲ ਧਰ ਕਹਿੰਦੇ ਨੇ ਬਾਰਿਸ਼ ਨੂੰ, ਕਹਿੰਦੇ ਬਾਰਿਸ਼ ਪੈ ਰਹੀ ਹੈ ਅਤੇ ਉਸ ਬਾਰਿਸ਼ ਦੇ ਥੱਲੇ ਸਿੰਬਲ ਦਾ ਜਿਹੜਾ ਰੁੱਖ ਹੈ ਨਾ ਮੇਰੇ ਵਰਗਾ, ਉਹਨੂੰ ਕੋਈ ਫਲ ਨਹੀਂ ਪੈ ਰਿਹਾ। ਕਹਿੰਦੇ ਸਾਰਾ ਗਿਆਨ ਤੂੰ ਬਰਸਾ ਰਿਹਾ ਹੈ ਪਰ ਮੈਂ ਕਿਤਿਓਂ ਗਿਆਨ ਨਹੀਂ ਲੈ ਰਿਹਾ, ਪਰ ਮੈਂ ਜਦੋਂ ਤੇਰੀ ਗੋਦ 'ਚ ਆ ਕੇ ਬੈਠ ਜਾਂਦਾ ਨਾ, ਫਿਰ ਚੰਦਨ ਸੁਗੰਧ ਸੰਬੰਧ ਮਲਗਾਰ ਹੋ। ਕਹਿੰਦੇ ਫਿਰ ਮੈਨੂੰ ਇੰਝ ਲੱਗਦਾ ਕੀ ਹੋਇਆ, ਮੇਰੇ 'ਚ ਕੋਈ ਗੁਣ ਨਹੀਂ ਹੈਗਾ ਪਰ ਤੂੰ ਤਾਂ ਚੰਦਨ ਹੈ ਨਾ, ਅਤੇ ਤੇਰੇ ਲਾਗੇ ਬਹਿਣ ਦੇ ਨਾਲ ਮੇਰੇ 'ਚੋਂ ਵੀ ਸੁਗੰਧ ਆ ਹੀ ਜਾਣੀ। ਫਿਰ ਕਹਿੰਦੇ ਆ ਮੈਂ ਸੋਚਦਾ ਕਿ ਜੇ ਮੈਂ ਆਪਣੀਆਂ ਸਾਰੀਆਂ ਹੀ ਕਰਤੂਤਾਂ ਬਾਰੇ ਸੋਚਾਂ ਕਿ ਮੈਂ ਪਤਿਤ ਵੀ ਹਾਂ, ਮੈਂ ਪਾਪੀ ਵੀ ਹਾਂ, ਮੈਂ ਸਿੰਬਲ ਵਰਗਾ ਅਫਲ ਵੀ ਹਾਂ ਜਿਹਨੂੰ ਨਹੀਂ ਫਲ ਸਕਦੇ, ਆਪਣੀ ਕਰਨੀ ਪੇ ਪਾਵੋ ਨਰਕ ਨਾ ਠੌਰ ਹੋਂ, ਆਪਣੀ ਕਰਤੂਤ ਕਰਕੇ ਤਾਂ ਮੈਂ ਨਰਕਾਂ 'ਚ ਵੀ ਨਹੀਂ ਜਾ ਸਕਦਾ। ਬਿਰਧ ਤੁਮਾਰੋ ਸੁਣ ਆਸਰੋ ਸ਼ੁਮਾਰ ਹੋਂ, ਪਰ ਜਦੋਂ ਮੈਨੂੰ ਪਤਾ ਲੱਗਦਾ ਨਾ ਕਿ ਤੂੰ ਪਾਪੀਆਂ ਨੂੰ ਵੀ ਸਵਰਗਾਂ 'ਚ ਲੈ ਜਾਂਦਾ, ਤਾਂ ਤੇਰੇ ਮੇਰੇ ਮਨ ਅੰਦਰ ਹੌਸਲਾ ਹੋ ਜਾਂਦਾ। ਇਹ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਅਰਦਾਸ ਦਾ ਮਿਆਰ ਇਵੇਂ ਦਾ ਹੋਵੇ ਕਿ ਅਸੀਂ ਇੰਨੇ ਨੀਵੇਂ ਹੋ ਜਾਈਏ, ਉਸ ਪਰਮਾਤਮਾ ਨੂੰ ਉਸ ਉੱਚ ਸਿਖਰ 'ਤੇ ਲੈ ਚੱਲੀਏ ਜਿੱਥੇ ਸਾਨੂੰ ਅਰਦਾਸ ਦੀ ਸਮਝ ਆ ਸਕੇ ਕਿ ਸਿੱਖ ਨੇ ਅਰਦਾਸ ਕਿਵੇਂ ਕਰਨੀ ਹੈ। ਅਤੇ ਅਰਦਾਸ ਜਿਹੜੀ ਹੈ ਇਹ ਕੇਵਲ ਸਾਡੇ ਸ਼ਬਦਾਂ ਦੀ ਮੁਥਾਜ ਨਹੀਂ ਹੁੰਦੀ, ਅਰਦਾਸ ਦੇ ਵਿੱਚ ਕੇਵਲ ਜਿਹੜਾ ਪਰਮਾਤਮਾ ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਸ਼ਬਦ ਨਹੀਂ ਸੁਣਦਾ ਕਿ ਕਿਹੜੇ ਸ਼ਬਦਾਂ 'ਚ ਅਰਦਾਸ ਕੀਤੀ ਹੈ, ਉਹ ਸਾਡੀ ਅਰਦਾਸ ਦੀ ਲੰਬਾਈ ਨਹੀਂ ਵੇਖਦਾ ਕਿ ਕਿੰਨੀ ਲੰਬੀ ਕੀਤੀ ਹੈ, ਉਹ ਕੇਵਲ ਇਹ ਵੇਖਦਾ ਹੈ ਕਿ ਕਿਸ ਭਾਵਨਾ ਨਾਲ ਕੀਤੀ ਹੈ। ਇੱਕ ਬਹੁਤ ਸੁੰਦਰ ਇਸਲਾਮ ਦੇ ਵਿੱਚ ਛੋਟੀ ਜਿਹੀ ਕਥਾ ਆਉਂਦੀ ਹੈ, ਕਹਿੰਦੇ ਕਿ ਇੱਕ ਗਰੀਬ ਆਜ਼ੜੀ, ਨਾ ਮਾਂ ਬਾਪ, ਬਿਲਕੁਲ ਯਤੀਮ, ਨਾ ਕੋਈ ਸ਼ਰੀਕਾ, ਨਾ ਕੋਈ ਕੁਟੰਬ, ਨਾ ਕੋਈ ਆਸੇ ਪਾਸੇ, ਇੱਕ ਪਹਾੜੀ ਦੇ ਉੱਪਰ ਰਹਿੰਦਾ ਸੀ। ਇੱਕ ਦਿਨ ਮਨ ਦੇ ਵਿੱਚ ਆਇਆ, ਕਿਉਂ ਨਾ ਮੈਂ ਸ਼ਹਿਰ ਵੇਖ ਕੇ ਆਵਾਂ। ਪਹਾੜੀ ਤੋਂ ਉਤਰਿਆ ਅਤੇ ਸ਼ਹਿਰ ਚਲਾ ਗਿਆ। ਸ਼ਹਿਰ ਜਾ ਕੇ ਇੱਕ ਧਾਰਮਿਕ ਅਸਥਾਨ ਦੇ ਸਾਹਮਣੇ ਖੜ੍ਹਾ ਹੋ ਗਿਆ, ਇਸਲਾਮ ਦਾ ਕੋਈ ਮਦਰਸਾ ਸੀ। ਉਸ ਇਸਲਾਮ ਦੇ ਮਦਰੱਸੇ ਦੇ ਵਿੱਚ ਇਸਲਾਮ ਦਾ ਵਾਇਸ ਜਿਹੜਾ ਹਾਫਿਜ਼ ਹੈ, ਜਿਹੜਾ ਸਕਾਲਰ ਹੈ, ਉਹ ਆਪਣੇ ਤਾਲੀਬਾਨ ਨੂੰ, ਬੱਚਿਆਂ ਨੂੰ ਪੜ੍ਹਾ ਰਿਹਾ, ਅਤੇ ਆਵਾਜ਼ ਕੀ ਆ ਰਹੀ ਹੈ, ਇਹ ਬੱਚਿਓ ਖੁਦਾ ਲਾ ਮਕਾਮ ਹੈ, ਖੁਦਾ ਦਾ ਕੋਈ ਮਕਾਨ ਨਹੀਂ। ਸੱਚਮੁੱਚ ਕਿਸ ਕਰਕੇ ਖੁਦਾ ਦਾ ਮਕਾਨ ਨਹੀਂ? ਅਸੀਂ ਕਹਿੰਦੇ ਸਭੇ ਘੱਟ ਰਾਮ ਬੋਲੇ, ਜਿਹੜਾ ਹਰ ਜਗ੍ਹਾ 'ਤੇ ਹੈ ਉਹ ਇੱਕ ਜਗ੍ਹਾ ਨਹੀਂ ਬੈਠਾ ਹੋਇਆ। ਕਹਿੰਦਾ ਅਗਲੀ ਆਵਾਜ਼ ਆਈ ਕਿ ਪਰਮਾਤਮਾ ਲਾ ਵਾਰਿਸ ਹੈ, ਉਹਦਾ ਕੋਈ ਵਾਰਿਸ ਨਹੀਂ। ਇਹ ਵੀ ਸੱਚ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਿਹੜਾ ਸਾਡੇ ਸਾਰਿਆਂ ਦਾ ਮਾਤਾ ਪਿਤਾ ਹੈ, ਉਹਦਾ ਮਾਤਾ ਪਿਤਾ ਕੌਣ ਹੋ ਸਕਦਾ? ਉਹ ਤਾਂ ਅਜੂਨੀ ਹੈ, ਉਹ ਤਾਂ ਸੁੱਤੇ ਸਿੱਧ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਕਹਿੰਦਾ ਅਗਲੀ ਆਵਾਜ਼ ਆਈ, ਪਰਮਾਤਮਾ ਤੂੰ ਲਾ ਸ਼ਰੀਕ ਹੈ, ਤੇਰਾ ਕੋਈ ਸ਼ਰੀਕੇਬਾਜ਼ ਨਹੀਂ। ਅਤੇ ਸ਼ਰੀਕਾ ਤਾਂ ਉਦੋਂ ਹੋਵੇ ਨਾ ਜਿਹਦੇ ਵਰਗਾ ਕੋਈ ਹੋਵੇ, ਤਿਸ ਜੇ ਵਡ ਹੋਰ ਸ਼ਰੀਕ ਹੋਵੇ ਤਾਂ ਆਖੀਏ। ਕਹਿੰਦੇ ਉਹ ਜਿਹੜਾ ਚਾਰਵਾਹਾ ਸੀ ਨਾ, ਉਹ ਸੋਚਣ ਲੱਗਾ ਰੱਬ ਮੇਰੇ ਤੋਂ ਵੀ ਵੱਧ ਗਰੀਬ, ਵਾਪਸ ਪਹਾੜੀ 'ਤੇ ਆ ਗਿਆ।
ਚੌਂਕੜੀ ਮਾਰ ਗਈ ਅਤੇ ਬੈਠ ਗਿਆ ਉਹਦੇ ਚਿੰਤਨ ਦੇ ਵਿੱਚ। ਇਹ ਪਰਮਾਤਮਾ ਮੈਨੂੰ ਤਾਂ ਅੱਜ ਪਤਾ ਲੱਗਾ ਤੇਰਾ ਮਾਂ ਬਾਪ ਨਹੀਂ ਹੈਗਾ, ਸੱਚ ਜਾਣੀ ਮੈਨੂੰ ਪਤਾ ਯਤੀਮ ਹੋਣ ਦਾ ਦੁੱਖ ਕੀ ਹੁੰਦਾ, ਮਾਂ ਬਾਪ ਮੇਰਾ ਵੀ ਨਹੀਂ ਹੈਗਾ। ਮੈਨੂੰ ਤਾਂ ਅੱਜ ਪਤਾ ਲੱਗਾ ਤੇਰੇ ਸ਼ਰੀਕੇ ਬਰਾਦਰੀ 'ਚ ਕੋਈ ਨਹੀਂ, ਕੋਈ ਭਰਾ ਨਹੀਂ, ਕੋਈ ਚਾਚਾ ਨਹੀਂ, ਕੋਈ ਤਾਇਆ ਨਹੀਂ, ਮੇਰਾ ਕੋਈ ਨਹੀਂ ਹੈ, ਸੱਚ ਜਾਣੀ ਮੈਨੂੰ ਅੱਜ ਪਤਾ ਲੱਗਾ ਤੂੰ ਹੀ ਮੇਰੇ ਵਰਗਾ। ਅਤੇ ਇਹ ਪਰਮਾਤਮਾ ਮੈਨੂੰ ਇਹ ਵੀ ਪਤਾ ਲੱਗਾ ਤੂੰ ਲਾਹ ਮਕਾਮ ਹੈ, ਤੇਰੇ ਕੋਲ ਕੋਈ ਘਰ ਨਹੀਂ ਹੈਗਾ, ਸੱਚ ਜਾਣੀ ਮੇਰੇ ਕੋਲ ਤੇਰੇ ਤੋਂ ਥੋੜ੍ਹੀ ਜਿਹੀ ਅਮੀਰੀ ਹੈ, ਮੇਰੇ ਕੋਲ ਛੋਟੀ ਜਿਹੀ ਝੁੱਗੀ ਹੈਗੀ ਹੈ। ਮੈਨੂੰ ਪਤਾ ਹੈ ਤੇਰਾ ਮਾਂ ਨਹੀਂ, ਤੇਰੀ ਬਾਪ ਨਹੀਂ, ਤੇਰਾ ਕੋਈ ਵਾਰਸ ਨਹੀਂ, ਕੋਈ ਸ਼ਰੀਕਾ ਨਹੀਂ, ਤੇਰਾ ਬਹੁਤ ਬੁਰਾ ਹਾਲ ਹੋਵੇਗਾ ਜੇ ਕਿਤੇ ਤੇਰਾ ਦਿਲ ਕਰਦਾ ਮੇਰੀ ਝੁੱਗੀ 'ਚ ਆ ਜਾ। ਰੱਬ ਨੂੰ ਕਹਿ ਰਿਹਾ, ਜੁੜ ਗਿਆ। ਲਾਗੇ ਹਜ਼ਰਤ ਮੂਸਾ ਲੰਘ ਰਹੇ ਸੀ, ਇਹ ਸ਼ੇਖ ਸਾਧੀ ਇਹ ਗੱਲ ਲਿਖਦਾ ਹੈ, ਕਹਿੰਦਾ ਹਜ਼ਰਤ ਮੂਸਾ ਸੁਣਦਾ ਰਿਹਾ ਸੁਣਦਾ ਰਿਹਾ, ਗਰੀਬ ਮੈਲਾ ਕੁਚੈਲਾ ਭੈੜਾ ਜਿਹਾ, ਚਾਰ ਵਹਾ ਰੱਬ ਨੂੰ ਕਹਿਣ ਦਿਆ ਤੂੰ ਮੇਰੇ ਕੋ ਆ ਕੇ ਮੇਰੀ ਝੁੱਗੀ 'ਚ ਰਹਿ, ਤੈਨੂੰ ਮੈਂ ਆਪਣੀਆਂ ਭੇਡਾਂ ਦਾ ਦੁੱਧ ਪਿਆਵਾਂ। ਰਿਹਾ ਨਾ ਗਿਆ। ਕਈ ਵਾਰੀ ਮਨੁੱਖ ਨੂੰ ਵਿੱਦਿਆ ਦਾ ਵੀ ਹੰਕਾਰ ਹੁੰਦਾ, ਚਾਰ ਵਾਹੇ ਦੇ ਥੱਪੜ ਮਾਰ ਦਿੱਤਾ। ਕਹਿੰਦਾ ਕਮਲਿਆ ਸ਼ਰਮ ਕਰ, ਰੱਬ ਤੇਰੇ ਘਰ ਆਵੇਗਾ। ਅਤੇ ਜਦੋਂ ਆਪ ਜਾ ਕੇ ਸ਼ਾਮ ਨੂੰ ਬੰਦਗੀ 'ਚ ਜੁੜ ਲੱਗਾ ਨਾ, ਅਤੇ ਮਨ ਨਾ ਲੱਗੇ, ਨਾ ਮਨ ਲੱਗਾ, ਨਾ ਮਨ ਲੱਗਾ, ਫਿਰ ਉਜ਼ੂ ਕਰਕੇ ਨਮਾਜ਼ ਪੜ੍ਹਦਾ, ਮਨ ਨਹੀਂ ਜੁੜਦਾ, ਅਖੀਰ ਕੁੱਪਰੋਂ ਆਵਾਜ਼ ਆਉਂਦੀ ਹੈ, ਤੈਂ ਬਰਾਇਓ ਵਸਲ ਕਰਦਮ ਆਮਦੀ, ਨਹਿ ਬਰਾਇਓ ਫਸਲ ਕਰਦਮ ਆਮਦੀ। ਉਹ ਮੂਸਾ, ਉਹ ਕੀ ਕੀਤਾ ਜੀ, ਤੈਨੂੰ ਤਾਂ ਮੈਂ ਲੋਕਾਂ ਨੂੰ ਜੋੜਨ ਵਾਸਤੇ ਭੇਜਿਆ ਹੋਇਆ ਸੀ, ਅੱਜ ਮੇਰੇ ਨਾਲ ਇੱਕ ਜੁੜਿਆ ਬੈਠਾ ਸੀ, ਤੂੰ ਤੋੜ ਕੇ ਆ ਗਿਆ। ਹਜ਼ਰਤ ਮੂਸਾ ਨੇ ਉਹਦੇ ਕੋਲ ਆ ਕੇ ਮਾਫ਼ੀ ਮੰਗੀ, ਅਤੇ ਉਸ ਵੇਲੇ ਖੁਦਾ ਨੇ ਕਿਹਾ, ਉਹਨੇ ਕਿਹਾ ਜਿਹੜੀ ਉਹਦੀ ਅਰਦਾਸ ਸੀ ਨਾ, ਉਹਦੇ ਸ਼ਬਦ 'ਤੇ ਭਾਵੇਂ ਟੁੱਟੇ ਫੁੱਟੇ ਸੀ ਕਿ ਤੇਰਾ ਮਾਂ ਪਿਓ ਨਹੀਂ ਹੈਗਾ, ਮੇਰੀ ਝੌਂਪੜੀ 'ਚ ਆ ਜਾ, ਪਰ ਉਹਦੀ ਆਵਾਜ਼ 'ਤੇ ਅਰਦਾਸ 'ਚ ਮੈਨੂੰ ਪਿਆਰ ਬੜਾ ਮਿਲਿਆ, ਪਰਮਾਤਮਾ ਕਹਿ ਰਿਹਾ। ਸੋ ਉਸ ਆਵਾਜ਼ ਦੇ ਵਿੱਚ, ਉਸ ਅਰਦਾਸ ਦੇ ਵਿੱਚ ਸਾਨੂੰ ਪਿਆਰ ਦੀ ਲੋੜ ਹੈ। ਇਸੇ ਕਰਕੇ ਜਿਹੜਾ ਪਰਮਾਤਮਾ ਪਾਤਸ਼ਾਹ ਕਹਿੰਦੇ ਨੇ ਕਿ ਤੁਸੀਂ ਆਉਂਦੇ ਹੋ ਸਿਰ ਝੁਕਾ ਦਿੰਦੇ ਹੋ, ਕਹਿੰਦੇ ਇਵੇਂ ਦਾ ਸਿਰ ਝੁਕਾਉਣਾ ਮੈਨੂੰ ਪ੍ਰਵਾਨ ਨਹੀਂ, ਤਨ ਕਰਕੇ ਝੁੱਕ ਜਾਣਾ ਪਰਮਾਤਮਾ ਨੂੰ ਪ੍ਰਵਾਨ ਨਹੀਂ, ਕਿਉਂਕਿ ਸਾਰਾ ਬ੍ਰਹਿਮੰਡ ਹੀ ਉਹਦੇ ਅੱਗੇ ਝੁੱਕ ਰਿਹਾ, ਚੱਕਰ ਕੱਟ ਰਿਹਾ। ਪਾਤਸ਼ਾਹ ਕਹਿੰਦੇ ਤੁਧ ਨੋ ਨਿਵਣ ਮੰਨਣ ਤੇਰਾ ਨਾਉ, ਮੈਨੂੰ ਝੁਕਣਾ ਉਹ ਪ੍ਰਵਾਨ ਹੈ ਜੇਕਰ ਤੁਸੀਂ ਮੇਰੇ ਹੁਕਮ ਦੇ ਵਿੱਚ ਆ ਜਾਓ, ਜੇਕਰ ਤੁਸੀਂ ਮੇਰੇ ਭਾਣੇ 'ਚ ਆ ਜਾਓ। ਤਨ ਕਰਕੇ ਝੁਕਣਾ ਪ੍ਰਵਾਨ ਨਹੀਂ, ਝੁਕਣਾ ਮਨ ਕਰਕੇ ਹੈ, ਅਤੇ ਮਨ ਇੱਕ ਇਵੇਂ ਦੀ ਚੀਜ਼ ਹੈ। ਮੈਂ ਪੇਸ਼ੇ ਵਜੋਂ ਡਾਕਟਰ ਹਾਂ, ਜਦੋਂ ਕੋਈ ਮਰ ਜਾਂਦਾ ਤਾਂ ਅਸੀਂ ਉਹਦਾ ਪੋਸਟਮਾਰਟਮ ਜਦੋਂ ਕਰਦੇ ਹਾਂ, ਉਹਦੇ ਗੁਰਦੇ, ਫੇਫੜੇ, ਲਿਵਰ, ਦਿਮਾਗ, ਹੱਡੀਆਂ, ਸਭ ਕੁਝ ਸਾਡੇ ਸਾਹਮਣੇ ਹੁੰਦਾ, ਮਨ ਕਿਤੇ ਨਹੀਂ ਦਿਸਦਾ। ਪਰ ਸਾਰੀ ਜ਼ਿੰਦਗੀ ਮਨ 'ਤੇ ਲੰਘ ਜਾਂਦੀ ਹੈ, ਅੱਜ ਦਿਲ ਕਰਦਾ ਮਨ ਆਹ ਕਰੇ, ਅੱਜ ਦਿਲ ਕਰਦਾ ਮਨ ਆਹ ਕਰੇ, ਪਰ ਮਨ ਕਿਤੇ ਨਹੀਂ ਲੱਭਦਾ ਸਾਨੂੰ। ਅਤੇ ਗੁਰਬਾਣੀ ਕਹਿ ਰਹੀ ਹੈ ਕਿ ਲੱਭੇ ਵੀ ਕਿਵੇਂ, ਕਿਉਂਕਿ ਅਸੀਂ ਅੰਗਾਂ 'ਚੋਂ ਲੱਭ ਰਹੇ ਹਾਂ। ਅਤੇ ਬਾਣੀ ਕਹਿ ਰਹੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹਨੂੰ ਅੰਦਰੋਂ ਲੱਭਣਾ ਪੈਣਾ। ਅਤੇ ਇਹਨੂੰ ਅੰਦਰੋਂ ਲੱਭਣ ਦਾ ਸਾਧਨ ਕੀ ਹੈ? ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਬਾਣੀ ਬਣੀਏ। ਮਨ ਜੋਤ ਸਰੂਪ ਹੈ, ਗੁਰਬਾਣੀ ਸੱਤ ਸਰੂਪ ਹੈ, ਜਦੋਂ ਮਿਲ ਜਾਵਾਂਗੇ ਫਿਰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਮਨ ਜੋਤ ਸਰੂਪ ਨੇ, ਸੱਤ ਸਰੂਪ ਦੇ ਸਦਕਾ ਹੀ ਇਸ ਅਕਾਲ ਦੇ ਨਾਲ ਪਰਮਾਤਮਾ ਦੇ ਨਾਲ ਮਿਲਣਾ ਹੈ। ਪਰ ਮਨ, ਜਿੱਥੇ ਵੀ ਮਨ ਦੀ ਗੱਲ ਆਵੇਗੀ, ਪਾਤਸ਼ਾਹ ਕਹਿੰਦੇ ਨੇ ਕਿ ਮਨ ਜਿਹੜਾ ਹੈ ਨਾ, ਉਹ ਦੇਣਾ ਕਿਵੇਂ ਹੈ? ਗੁਰੂ ਪਾਤਸ਼ਾਹ ਨੇ ਹਰ ਥਾਂ 'ਤੇ ਕਿਹਾ, ਮਨ ਵੇਚੈ। ਦਈ ਚੀਜ਼ ਮੰਗੀ ਜਾ ਸਕਦੀ ਹੈ ਦੁਬਾਰਾ, ਵੇਚੀ ਚੀਜ਼ ਦਾ ਹੱਕ ਨਹੀਂ ਰਹਿ ਜਾਂਦਾ, ਮਨ ਵੇਚਣਾ ਪੈਂਦਾ। ਮਨ ਵੇਚੈ ਸਤਿਗੁਰ ਕੇ ਪਾਸ। ਇੱਥੋਂ ਤੱਕ ਵੀ ਪਾਤਸ਼ਾਹ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੇ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਮੈਂ ਮਨ ਦੇ ਕੇ ਪਿਆਰ ਲਿਆ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੇ। ਇਹ ਜਿਹੜਾ ਪਿਆਰ ਹੈ, ਇਹ ਗੁਰੂ ਨੂੰ ਮਨ ਦੇ ਕੇ ਲੈਣਾ ਪੈਂਦਾ। ਅਤੇ ਸੱਚ ਜਾਣਿਓ, ਅਸੀਂ ਸੋਚਦੇ ਹਾਂ ਕਿ ਸ਼ਾਇਦ ਗੁਰੂ ਪਦਾਰਥਵਾਦ 'ਚ ਬੈਠਾ ਹੈ। ਨਹੀਂ, ਗੁਰੂ ਨਾਨਕ ਸੱਚੇ ਪਾਤਸ਼ਾਹ 15ਵੀਂ ਸਦੀ ਦੇ, 15ਵੀਂ ਈਸਵੀ ਦੇ ਪਹਿਲੇ ਦਹਾਕੇ ਦੀ ਘਟਨਾ, ਗੁਜਰਾਤ ਗਏ ਨੇ। ਇਸ ਸਾਰੀ ਘਟਨਾ ਦਾ ਜ਼ਿਕਰ ਇੰਗਲੈਂਡ ਦੀ ਇੱਕ ਜਨਮ ਸਾਖੀ 2042 ਉਸਦਾ ਨੰਬਰ ਹੈ, ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚ ਪਈ ਹੈ, ਲਾਇਬ੍ਰੇਰੀ ਦੇ ਵਿੱਚ, ਇੰਡੀਆ ਆਫਿਸ ਲਾਇਬ੍ਰੇਰੀ 'ਚ। ਉਹਦੀ ਇੱਕ ਕਾਪੀ ਦਾ ਜਿਹੜਾ ਅਨੁਵਾਦ ਹੈ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਕੀਤਾ ਗਿਆ, ਜਿਹੜਾ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਉਹਦੇ ਵਿੱਚ ਇੱਕ ਤਸਵੀਰ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ
ਦੇ ਸਾਹਮਣੇ ਇੱਕ ਸੇਠ ਬੈਠਾ ਹੈ, ਸ਼ਾਹੂਕਾਰ ਬੈਠਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਗੁਜਰਾਤ ਗਏ ਨੇ। ਆਹ ਜਿਹੜਾ ਅੱਜ ਵਾਲਾ ਗੁਜਰਾਤ ਹੈ, ਇਹ ਗੁਜਰਾਤ ਨਹੀਂ, ਜਿਹੜਾ ਪਾਕਿਸਤਾਨੀ ਗੁਜਰਾਤ ਹੈ ਉਹਦੀ ਗੱਲ ਕਰ ਰਹੇ ਹਾਂ। ਉੱਥੇ ਗਏ ਨੇ, ਇੱਕ ਘਰ ਦੇ ਸਾਹਮਣੇ ਬੜਾ ਵੱਡਾ ਘਰ ਹੈ, ਬਹੁਤ ਵੱਡਾ ਘਰ, ਰੁਕੇ ਨੇ ਅਤੇ ਮਰਦਾਨੇ ਨੂੰ ਇੱਕ ਸਵਾਲ ਕਰਦੇ ਨੇ। ਮਰਦਾਨਿਆਂ, ਮੈਂ ਜਨਮ ਸਾਖੀ ਦੇ ਸ਼ਬਦ ਤੁਹਾਡੇ ਨਾਲ ਸਾਂਝੇ ਕਰਦਾ, ਇਹਾ ਕਿਸਕਾ ਘਰ ਹੈ ਚਾਰ ਧਵਜ ਝੂਲਦੇ ਹਨ। ਤਸਵੀਰ ਵੀ ਬਣੀ ਹੋਈ ਹੈ। ਮਰਦਾਨਿਆਂ, ਇਹ ਕਿਹਦਾ ਘਰ ਹੈ ਜਿਸ ਘਰ ਦੇ ਸਾਹਮਣੇ ਚਾਰ ਝੰਡੇ ਝੂਲ ਰਹੇ ਨੇ? ਆ ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਅਕਸਰ ਸੁਣਿਆ ਹੋਣਾ, ਜੇ ਅਸੀਂ ਅੱਜ ਵੀ ਗੱਲ ਹੁੰਦੀ ਹੈ, ਤੇਰੇ ਕੋਲ ਕੀ ਹੈਗਾ, ਅਗਲਾ ਕਹਿੰਦਾ ਜੇ ਮੇਰੇ ਕੋਲ ਨਹੀਂ ਹੈਗਾ ਤੇਰੇ ਕਿਹੜੇ ਝੰਡੇ ਝੂਲਦੇ ਆ। ਇਹ ਇੱਕ ਕਿਸੇ ਸਮੇਂ ਇਸ ਚੀਜ਼ ਦਾ ਇੱਕ ਰਿਹਾ ਹੈ ਕਿ ਜਿਸ ਘਰ ਦੇ ਵਿੱਚ 1 ਲੱਖ ਮੋਹਰਾਂ ਹੋਣ ਉਹ ਆਪਣੇ ਘਰ ਦੇ ਉੱਪਰ ਇੱਕ ਝੰਡਾ ਚਲਾ ਸਕਦਾ ਸੀ। ਇਹ ਟਰਕਿਸ਼ ਪਰੰਪਰਾ ਚੱਲਦੀ ਆਈ ਹੈ, ਬਾਅਦ ਦੇ ਵਿੱਚ ਬ੍ਰਿਟਿਸ਼ ਤੱਕ ਵੀ ਇਹ ਰਹੀ ਹੈ। ਜਿਹੜੇ ਚਾਰ ਝੰਡੇ ਝੂਲ ਰਹੇ ਨੇ, ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਪੁੱਛਦੇ ਨੇ ਕਿਹੜਾ ਏਡਾ ਵੱਡਾ ਸ਼ਾਹੂਕਾਰ ਹੈ ਜਿਹਦੇ ਘਰ ਦੇ ਸਾਹਮਣੇ ਚਾਰ ਝੰਡੇ ਝੂਲ ਰਹੇ ਨੇ। ਸ਼ਾਹੂਕਾਰ ਆਇਆ, ਉਸ ਦਾ ਨਾਮ ਉਸ ਜਨਮ ਸਾਖੀ 'ਚ ਲਿਖਿਆ, ਨਾਇਕ ਸੌਣ ਜੀ ਆਇਆ, ਆ ਕੇ ਮਿਲਿਆ ਗੁਰੂ ਨਾਨਕ ਸਾਹਿਬ ਨੂੰ ਅਤੇ ਪਾਤਸ਼ਾਹ ਨੇ ਉਸਨੂੰ ਕਿਹਾ, ਉਹਨੇ ਕਿਹਾ, ਸ਼ਾਹੂਕਾਰ ਜੀ, ਇਹਾ ਮਾਇਆ ਸਾਥ ਨਾ ਚੱਲਸੀ, ਇਹ ਮਾਇਆ ਨਾਲ ਨਹੀਂ ਜਾਣੀ। ਇੰਨਾ ਗੁਰੂ ਨਾਨਕ ਸਾਹਿਬ ਤੋਂ ਪ੍ਰਭਾਵਿਤ ਹੋਇਆ ਅਤੇ ਫਿਰ ਕਹਿੰਦਾ ਜੇ ਮਾਇਆ ਨਾਲ ਨਹੀਂ ਜਾਣੀ ਤਾਂ ਨਾਲ ਕੀ ਜਾਣਾ? ਅਤੇ ਪਾਤਸ਼ਾਹ ਕਹਿੰਦੇ ਸ਼ਬਦ ਜਾਣਾ। ਅਤੇ ਉਹ ਕਹਿੰਦਾ, ਪਾਤਸ਼ਾਹ ਫਿਰ ਤੁਸੀਂ ਮੈਨੂੰ ਸ਼ਬਦ ਦੀ ਦਾਤ ਬਖਸ਼ੋ। ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਔਰ ਸਿੱਖੀ ਦੀ ਦਾਤ ਬਖਸ਼ੀ ਅਤੇ ਇੱਕ ਸਵਾਲ ਕਰਦਾ, ਕਹਿੰਦਾ, ਬਾਬਾ ਹੁਣ ਤੁਸਾਂ ਚੱਲੇ ਜਾਣਾ, ਮੇਰਾ ਜੀ ਨਾ ਲੱਗਸੀ। ਇਹ ਸ਼ਬਦ ਨੇ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਹੁਣ ਤੁਸੀਂ ਚਲੇ ਜਾਣਾ ਅਤੇ ਮੇਰਾ ਦਿਲ ਕਿਵੇਂ ਲੱਗੇਗਾ? ਅਤੇ ਪਾਤਸ਼ਾਹ ਨੇ ਪਤਾ ਕੀ ਕਿਹਾ, ਸ਼ਬਦ ਮੇਰਾ ਰਿਦਾ ਹੈ। ਮੈਂ ਕਈ ਵਾਰੀ ਜਦੋਂ ਖਲੀਲ ਜ਼ਿਬਰਾਨ ਨੂੰ ਪੜ੍ਹਦਾ, ਉਹਦੀ ਇੱਕ ਕਿਤਾਬ ਹੈ ਇੰਗਲਿਸ਼ ਦੀ, ਬ੍ਰੋਕਨ ਵਿੰਗਸ, ਟੁੱਟੇ ਖੰਭ, ਉਹਦੇ ਵਿੱਚ ਖਲੀਲ ਜ਼ਿਬਰਾਨ ਕਹਿੰਦਾ, ਮੈਨੂੰ ਕਿਸੇ ਨੇ ਕਿਹਾ ਕਿ ਪਰਮਾਤਮਾ ਕਿਵੇਂ ਦਾ? ਕਹਿੰਦਾ, ਮੈਂ ਉਸਨੂੰ ਕਿਹਾ, ਜੇ ਇੱਕ ਸਮੁੰਦਰ ਹੋਵੇ ਤਾਂ ਉਹ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰ ਹੈ, ਜੇ ਰਾਗ ਹੋਵੇ ਤਾਂ ਉਹ ਇੱਕ ਐਵੇਂ ਦਾ ਸੰਗੀਤ ਹੈ ਜਿਸ 'ਚ ਦੁਨੀਆ ਦੇ ਸਾਰੇ ਰਾਗ ਸਮਾ ਸਕਦੇ ਨੇ, ਅਤੇ ਜੇ ਉਹ ਖਲਾਅ ਹੋਵੇ ਤਾਂ ਐਵੇਂ ਦਾ ਖਲਾਅ ਹੈ ਜਿਹਦੇ ਵਿੱਚ ਸਾਰਾ ਬ੍ਰਹਿਮੰਡ ਸਮਾ ਸਕਦਾ ਹੈ। ਹੁਣ ਇੱਥੇ ਖਲੀਲ ਜ਼ਿਬਰਾਨ ਵਾਲਾ ਸਵਾਲ ਨਹੀਂ ਕੀਤਾ ਜਾ ਰਿਹਾ, ਇੱਥੇ ਗੁਰੂ ਨਾਨਕ ਸਾਹਿਬ ਨੂੰ ਉਹ ਸ਼ਾਹੂਕਾਰ ਕਹਿ ਰਿਹਾ ਹੈ, ਇਹ ਬਾਬਾ ਜਦੋਂ ਤੂੰ ਜਾਸੀ ਫਿਰ ਜੀ ਨਾ ਲੱਗਸੀ, ਜਦੋਂ ਤੂੰ ਜਾਵੇਂਗਾ ਫਿਰ ਜੀ ਨਹੀਂ ਲੱਗਣਾ, ਮੈਂ ਕਿਹਦੇ ਨਾਲ ਜੁੜੂੰਗਾ? ਅਤੇ ਪਾਤਸ਼ਾਹ ਕਹਿੰਦੇ ਨੇ, ਸਰੀਰਾਂ ਦੀ ਗੱਲ ਛੱਡ ਦੇ, ਨਾ ਆਪਣੇ ਦੀ ਨਾ ਮੇਰੇ ਦੀ, ਸ਼ਬਦ ਮੇਰਾ ਰਿਦਾ ਹੈ, ਮੇਰਾ ਹਿਰਦਾ ਸ਼ਬਦ ਹੈ, ਤੂੰ ਸ਼ਬਦ ਨਾਲ ਜੁੜ ਜਾਵੀਂ, ਤੂੰ ਮੇਰੀ ਜੋਤ ਦੇ ਨਾਲ ਜੁੜਿਆ ਰਹੇਗਾ ਅਤੇ ਤੇਰੀਆਂ ਕੁੱਲਾਂ ਜੁੜੀਆਂ ਰਹਿਣਗੀਆਂ। ਇਹ 1500 ਈਸਵੀ ਦੇ ਪਹਿਲੇ ਦਹਾਕੇ ਦੀ ਗੱਲ ਹੈ, ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਸ ਗੁਜਰਾਤ ਦੇ ਇੱਕ ਅਮੀਰ ਵਪਾਰੀ ਬਾਬਾ ਸੌਣ ਜੀ ਮਿਲੇ, ਜਿਨ੍ਹਾਂ ਦੇ ਘਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਨਮ ਲਿਆ ਬਾਬਾ ਬਿੰਨਾ ਜੀ ਨੇ, ਅਤੇ ਬਿੰਨਾ ਜੀ ਦਾ ਬੇਟਾ ਭਾਈ ਅਰਥਾ ਜੀ, ਅਤੇ ਅਰਥਾ ਜੀ ਦੇ ਅੱਗੋਂ ਬੇਟੇ ਭਾਈ ਦਾਸਾ ਜੀ, ਅਤੇ ਦਾਸਾ ਜੀ ਦਾ ਜਿਹੜਾ ਬੇਟਾ ਹੈ ਉਹ ਬਾਬਾ ਮੱਖਣ ਛਲਵਾਣਾ, ਉਸ ਪਰਿਵਾਰ ਦੇ ਵਿੱਚ ਜਿਹੜਾ ਉਹ ਜਨਮ ਲਿਆ ਗਿਆ। ਜੇ ਤੁਸੀਂ ਹੋਰ ਵੀ ਪਿੱਛੇ ਜਾਣਾ, 1310 ਦੇ ਵਿੱਚ ਨਾਇਕ ਕਿਵੇਂ ਬਣੇ, ਪ੍ਰਿਥਵੀਰਾਜ ਚੌਹਾਨ ਦੇ ਸਮੇਂ ਤੋਂ ਹੋਰ ਵੀ ਪਿੱਛੇ ਜਾਣਾ ਹੈ, ਤਾਂ ਸਭ ਤੋਂ ਪਹਿਲਾਂ ਰਾਜਾ ਧੱਜ ਹੋਇਆ, ਧੱਜ ਦਾ ਬੇਟਾ ਕੋਹ ਧੱਜ ਹੋਇਆ, ਉਸ ਦਾ ਬੇਟਾ ਕਰਨ ਹੋਇਆ, ਕਰਨ ਦਾ ਬੇਟਾ ਕੈਸ਼ਵ ਹੋਇਆ, ਕੈਸ਼ਵ ਦੇ ਦੋ ਪੁੱਤਰ ਹੋਏ ਨੇ ਚਾਢਾ ਅਤੇ ਥਿੱਡਾ, ਥਿੱਡੇ ਦੇ ਵਿੱਚੋਂ ਲਵਾਣੇ ਅਤੇ ਵਣਜਾਰੇ ਪਰਿਵਾਰ ਜਿਹੜੇ ਨੇ ਉਹ ਅੱਗੋਂ ਨਾਇਕ ਰੂਪ ਦੇ ਵਿੱਚ ਹੋਂਦ 'ਚ ਆਏ ਨੇ। ਇੱਕ ਬੜਾ ਵੱਡਾ ਇਤਿਹਾਸ ਹੈ, ਮੈਂ ਕੇਵਲ ਅਰਦਾਸ ਤੱਕ ਸੀਮਿਤ ਰੱਖਣਾ ਹੈ ਕਿ ਬਾਬਾ ਸੌਣ ਜੀ, ਬਾਬਾ ਮੱਖਣ ਸ਼ਾਹ ਜੀ ਦੇ ਦਾਦਾ ਜੀ ਦੇ ਦਾਦਾ ਜੀ, ਗੁਰੂ ਨਾਨਕ ਸਾਹਿਬ ਨੂੰ ਅਰਦਾਸ ਕਰ ਰਹੇ ਨੇ ਕਿ ਮਿਲਾਪ ਕਿਵੇਂ ਹੋਵੇ। ਅਸੀਂ ਕੇਵਲ ਇਤਿਹਾਸ ਦੀ ਗੱਲ ਨਹੀਂ ਸਿੱਖਣੀ, ਅਸੀਂ ਗੁਰਮਤਿ 'ਚੋਂ ਸਿੱਖਣਾ ਹੈ ਮਿਲਾਪ ਕਿਵੇਂ ਹੋਵੇ। ਅਤੇ ਪਾਤਸ਼ਾਹ ਦਾ ਜਵਾਬ ਹੈ ਕਿ ਸਰੀਰਾਂ ਦੇ ਨਾਲ ਨਹੀਂ ਜੁੜਨਾ, ਸ਼ਬਦ ਮੇਰਾ ਰਿਦਾ ਹੈ, ਮੇਰਾ ਹਿਰਦਾ ਸ਼ਬਦ ਹੈ, ਸ਼ਬਦ ਦੇ ਨਾਲ ਜੁੜਨਾ ਹੈ, ਸਰੀਰ ਦੇ ਨਾਲ ਨਹੀਂ ਜੁੜਨਾ। ਇੱਕ ਕਿਤਾਬ ਹੈ ਉਦਾਸੀਆਂ ਦੀ ਵਿੱਥਿਆ, ਜਿਹੜੀ ਕਿ ਰਣਧੀਰ ਸਿੰਘ ਰਿਸਰਚ ਸਕਾਲਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੋਂ 60-70 ਸਾਲ ਪਹਿਲਾਂ ਐਡਿਟ ਕੀਤੀ ਸੀ। ਉਹਦੇ ਵਿੱਚ ਸਰਦਾਰ ਦੇਸਾ ਸਿੰਘ ਬਾਰਸ ਸਿਧਾਣਾ ਦੀ ਕਿਤਾਬ ਬਾਬਾ ਮੱਖਣ ਸ਼ਾਹ ਲਵਾਣਾ,
ਜਿਹੜੀ ਕਿ 18ਵੀਂ ਸਦੀ ਦੀ ਕਿਤਾਬ ਹੈ, ਉਹਦਾ ਹਵਾਲਾ ਦੇ ਕੇ ਉਹਨਾਂ ਨੇ ਇੱਕ ਬੜਾ ਸੁੰਦਰ ਜ਼ਿਕਰ ਕੀਤਾ। ਉਹਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਸਾਨੂੰ ਇਹ ਨਹੀਂ ਸੀ ਲੱਭਦਾ ਕਿ ਬਾਬਾ ਮੱਖਣ ਸ਼ਾਹ ਜੀ ਦੀ ਜਨਮ ਤਰੀਕ ਕੀ ਹੈ। ਉਸ ਕਿਤਾਬ ਦੇ ਵਿੱਚ ਜਿਸ ਦਿਨ ਇਹਨਾਂ ਦਾ ਜਨਮ ਹੋਇਆ ਹੈ, ਇਹਨਾਂ ਦਾ ਕੁੱਲ ਪੁਰੋਹਿਤ ਕੇਸ਼ਵ ਦਾਸ ਦੀ ਜਿਹੜਾ ਇੰਦਰਾਸ ਦਰਜ ਹੈ ਕਿ ਵਿਸਾਖ ਸੁਦੀ ਪੰਚ ਮਾਤਾ ਸਬਰਾਈ ਦੀ ਕੁੱਖੋਂ, ਇਹ ਜ਼ਿਕਰ ਉਸ ਹੱਥ ਲਿਖਤ 'ਚ ਮਿਲਦੇ ਨੇ। ਜਦੋਂ ਪ੍ਰਕਾਸ਼ ਹੋ ਗਿਆ, ਪ੍ਰਕਾਸ਼ ਦੀ ਤਰੀਕ ਬਣਦੀ ਇਹਨਾਂ ਦੀ ਜਨਮ ਦੀ 1599 ਸਨ, ਅਤੇ 1599 ਤੋਂ ਬਾਅਦ ਬਾਬਾ ਦਾਸਾ ਜੀ, ਕੁਝ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਨੇ ਕਿ ਚੌਥੇ ਪਾਤਸ਼ਾਹ ਦੇ ਸਮੇਂ ਗੁਰੂ ਸਾਹਿਬ ਨੂੰ ਕਾਰ ਭੇਟਾ ਲਿਆਉਣ ਦਾ ਜਿਹੜਾ ਕੰਮ ਹੈ ਉਹ ਵੀ ਬਾਬਾ ਦਾਸਾ ਜੀ ਦੇ ਕੋਲ ਸੀ। ਸਰਦਾਰ ਹਕਪਾਲ ਸਿੰਘ ਕਸੂਰ ਹੋਣਾ ਨੇ ਤਾਂ ਰੈਫਰੈਂਸ ਦੇ ਕੇ ਇਹ ਵੀ ਲਿਖਿਆ ਹੈ ਕਿ ਭਾਈ ਗੁਰਦਾਸ ਦੀ ਜਿਹੜੀ ਵਾਰ ਹੈ, ਪੁਰਖ ਪਤਾਰਥ ਜਾਣੀਏ ਤਾਰੂ ਭਾਰੂ ਦਾਸੂ ਦੁਆਰਾ, ਉਹਦੇ 'ਚ ਜਿਹੜਾ ਬਾਬਾ ਦਾਸਾ ਜੀ ਹੈ ਉਹ ਗੁਰੂ ਘਰ ਦੇ ਜਿਹੜੇ ਕਾਰ ਭੇਟਾ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ, ਉਹ ਬਾਬਾ ਮੱਖਣ ਸ਼ਾਹ ਜੀ ਅਤੇ ਪਿਤਾ ਜੀ ਦਾ ਜ਼ਿਕਰ ਹੈ। ਇਹ ਗੱਲ ਸਰਦਾਰ ਹਰਪਾਲ ਸਿੰਘ ਕਸੂਰ ਨੇ ਲਿਖੀ ਹੈ, ਇੰਟਰਨੈੱਟ ਦੇ ਉੱਪਰ ਸਰਚ ਪੇਪਰ ਅਵੇਲੇਬਲ ਹੈ, ਛਪ ਚੁੱਕਾ ਹੈ। ਉਸ ਤੋਂ ਬਾਅਦ 1599 ਦੇ ਵਿੱਚ ਜਨਮ ਹੁੰਦਾ ਹੈ ਅਤੇ 1604 ਦੇ ਵਿੱਚ 15 ਸਾਲ ਦੀ ਉਮਰ ਬਾਬਾ ਦਾਸਾ ਜੀ ਦੇ ਨਾਲ ਪਿਤਾ ਅਤੇ ਪੁੱਤਰ ਅੰਮ੍ਰਿਤਸਰ ਆਉਂਦੇ ਨੇ। ਹੁਣ ਬਾਬਾ ਦਾਸਾ ਜੀ ਦੀ ਇੱਕ ਅਰਦਾਸ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਾਹਮਣੇ, ਪਿਤਾ ਪੁੱਤਰ ਨਾਲ ਹੈ। ਬਾਬਾ ਮੱਖਣ ਸ਼ਾਹ ਜੀ ਉਸ ਵੇਲੇ 15 ਸਾਲ ਦੀ ਆਜੂ ਅਤੇ ਜਿਹੜੇ ਪਿਤਾ ਜੀ ਨੇ ਦਾਸਾ ਜੀ ਨਾਲ ਨੇ। ਅਰਦਾਸ ਕੀ ਹੈ? ਜਿਹੜੀ ਦਾਦੇ ਨੇ ਅਰਦਾਸ ਕੀਤੀ ਸੀ, ਮੈਂ ਗੱਲ ਅਰਦਾਸ ਤੋਂ ਸ਼ੁਰੂ ਕੀਤੀ ਸੀ, ਜਿਹੜੀ ਅਰਦਾਸ ਕਦੀ ਦਾਦੇ ਨੇ ਕੀਤੀ ਸੀ, ਬਾਬਾ ਤੇਰੇ ਦਰਬਾਰ ਦੇ ਵਿੱਚ ਆਇਆ, ਇਹ ਬਖਸ਼ਿਸ਼ ਕਰ ਤੋੜ ਨਿਭ ਜਾਵੇ। ਅਤੇ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਕਿਹਾ, ਦੱਸਿਆ ਤੇਰੀਆਂ ਤਾਂ ਪੀੜ੍ਹੀਆਂ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਤੁਸੀਂ ਤਾਂ ਅੱਗੇ ਹੀ ਉਸ ਗੁਰੂ ਘਰ ਦੇ ਗੁਰੂ ਪਦ ਦੇ ਅਧਿਕਾਰੀ ਹੋ, ਬਾਬਾ ਫਿਰ ਵੀ ਕਿਰਪਾ ਕਰ, ਅੰਤਮ ਸਮੇਂ ਪਾਤਸ਼ਾਹ ਤੂੰ ਮੇਰੇ 'ਤੇ ਰਹਿਮਤ ਕਰੇ। ਪੰਚਮ ਪਾਤਸ਼ਾਹ ਦੀ 1606 ਦੇ ਵਿੱਚ ਸ਼ਹੀਦੀ ਹੋ ਗਈ। 1600 ਉਸ ਤੋਂ ਬਾਅਦ ਜਿਹੜਾ ਗੁਰੂ ਹਰਗੋਬਿੰਦ ਸਾਹਿਬ 1609 ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਦੇ ਨੇ, ਪ੍ਰਗਟ ਕਰਦੇ ਨੇ, ਢਾਡੀ ਨਾਥਮਲ ਅਤੇ ਅਬਦੁੱਲਾ ਇੱਕ ਵਾਰ ਪੜ੍ਹਦੇ ਨੇ, ਦੋ ਤਲਵਾਰੀ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਸ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਂ ਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਐ ਪਾਤਸ਼ਾਹ ਤੇਰੀ ਦਸਤਾਰ ਦੇ ਅੱਗੇ ਜਹਾਂਗੀਰ ਦੀ ਕੋਈ ਪੱਗ ਅਹਿਮੀਅਤ ਨਹੀਂ ਰੱਖਦੀ। ਉਸ ਵੇਲੇ ਪਾਤਸ਼ਾਹ ਇੱਕ ਹੁਕਮਨਾਮਾ ਜਾਰੀ ਕਰਦੇ ਨੇ, ਮੇਰੀ ਪਿਆਰੀ ਭੇਟਾ ਚੰਗੇ ਸ਼ਸਤਰ ਚੰਗੇ ਘੋੜੇ ਅਤੇ ਚੰਗੀ ਜਵਾਨੀ। ਤਿੰਨ ਚੀਜ਼ਾਂ, ਮੇਰੀ ਪਿਆਰੀ ਭੇਟਾ ਚੰਗੇ ਸ਼ਸਤਰ ਚੰਗੇ ਘੋੜੇ ਔਰ ਚੰਗੀ ਜਵਾਨੀ। ਉਸ ਵੇਲੇ ਬਾਬਾ ਦਾਸਾ ਜੀ 50 ਘੋੜੇ ਔਰ ਕੁਝ ਸ਼ਸਤਰ ਗੁਰੂ ਸਾਹਿਬ ਨੂੰ ਭੇਟਾ ਕਰਦੇ ਨੇ, ਇਸ ਦਾ ਜ਼ਿਕਰ ਇਤਿਹਾਸ ਦੇ ਵਿੱਚ ਮਿਲਦਾ ਹੈ ਸਾਨੂੰ। 1660 ਦੇ ਵਿੱਚ ਗੁਰੂ ਹਰ ਰਾਏ ਸਾਹਿਬ ਸ਼੍ਰੀਨਗਰ ਜਾਂਦੇ ਨੇ, ਜਦੋਂ ਉੱਥੇ ਜਾਂਦੇ ਨੇ ਅਤੇ ਬਾਬਾ ਮੱਖਣ ਸ਼ਾਹ ਉਹਨਾਂ ਨੂੰ ਮਿਲਦੇ ਨੇ, ਇਹ ਘਟਨਾ 1660 ਦੀ ਹੈ। ਇਸ ਦਾ ਜ਼ਿਕਰ ਵੀ ਜਿਹੜੀ ਹੱਥ ਲਿਖਤ ਦੀ ਮੈਂ ਗੱਲ ਬਾਬਾ ਦੇਸਾ ਸਿੰਘ ਬਰ ਸਿੰਘਾਣਾ ਦੀ ਕਰ ਰਿਹਾ, ਉਹਦੇ 'ਚ ਮਿਲਦਾ ਹੈ। ਗਿਆਨੀ ਗਰਜਾ ਸਿੰਘ ਦੀਆਂ ਜਿਹੜੀਆਂ ਭੱਟਵੀਆਂ ਸੰਪਾਦਿਤ ਕੀਤੀਆਂ ਗਈਆਂ ਨੇ ਉਹਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਹੈ। ਇਹ ਸਾਰੇ ਸਬੂਤ, ਕਿਉਂਕਿ ਜਦੋਂ ਅਸੀਂ ਖੋਜ ਕਰਦੇ ਹਾਂ ਅਸੀਂ ਆਮ ਕਥਾਵਾਚਕਾਂ ਤੋਂ ਵਾਂਗੂ ਬਿਨਾਂ ਸਬੂਤ ਤੋਂ ਨਹੀਂ ਚੱਲ ਸਕਦੇ, ਕਿਉਂਕਿ ਅਸੀਂ ਸਰਚ ਪੇਪਰ ਵਾਂਗੂ ਤਿਆਰ ਕਰਨਾ ਹੁੰਦਾ, ਸਾਡੇ ਕੋਲ ਇਕੱਲੀ ਇਕੱਲੀ ਗੱਲ ਦਾ ਸਬੂਤ ਚਾਹੀਦਾ। 1660 ਦੇ ਵਿੱਚ ਜਦੋਂ ਗੁਰੂ ਹਰ ਰਾਏ ਸਾਹਿਬ ਜਿਸ ਵੇਲੇ ਸ਼੍ਰੀਨਗਰ ਜਾਂਦੇ ਨੇ ਤਾਂ ਉਸ ਵੇਲੇ ਬਾਬਾ ਮੱਖਣ ਸ਼ਾਹ ਉਹਨਾਂ ਨੂੰ ਮਿਲ ਕੇ ਕੁਛ ਕਾਰ ਭੇਟਾ ਅਰਪਿਤ ਕਰਦੇ ਨੇ ਅਤੇ ਨਾਲ ਹੀ ਕਹਿੰਦੇ ਨੇ ਕਿ ਪਿਤਾ ਜੀ ਚੜ੍ਹਾਈ ਕਰ ਗਏ ਨੇ। ਇਹ ਘਟਨਾ ਪਿੰਡ ਨਲੂਸ਼ੀ ਦੀ ਹੈ। ਨਲੂਸ਼ੀ ਦੇ ਨੇੜੇ ਪਿੰਡ ਹੈ ਟਾਂਡਾ, ਬੋਥਾ, ਮੈਰਾ ਪਸਰਚਾ, ਅਭਿਆਲ, ਕੋਟਲੀ, ਸੇਰੀ, ਸੇਰਾ, ਇਹ ਸਾਰੇ ਪਿੰਡ ਜਿਹੜੇ ਮੈਂ ਸਾਰੇ ਇਸ ਡਾਕੂਮੈਂਟਰੀ ਦੇ ਵਿੱਚ ਕਰਕੇ ਆਇਆ, ਮੁਜ਼ੱਫਰਾਬਾਦ ਦੇ ਨੇੜੇ। ਪਾਤਸ਼ਾਹ ਉੱਥੇ ਉਸਨੂੰ ਮਿਲਦੇ ਨੇ ਅਤੇ ਉਹਦੇ ਨਾਲ ਜਾਂਦੇ ਨੇ। ਉਦੋਂ ਤੱਕ ਬੇਸ਼ੱਕ ਬਾਬਾ ਜੀ ਦੀਆਂ, ਬਾਬਾ ਦਾਸਾ ਜੀ ਦੀਆਂ ਅੰਤਿਮ ਰਸਮਾਂ ਹੋ ਚੁੱਕੀਆਂ ਹੁੰਦੀਆਂ ਨੇ, ਪਰ 1660 ਦੇ ਵਿੱਚ ਗੁਰੂ ਹਰ ਰਾਏ ਸਾਹਿਬ ਜਾ ਕੇ ਉੱਥੇ ਘਰ 'ਚ ਸਤਸੰਗ ਕਰਦੇ ਨੇ ਉਹਨਾਂ ਦੀ ਯਾਦ ਦੇ ਵਿੱਚ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਇਹ ਜੁੜਿਆ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਗੁਰੂ ਸਾਹਿਬ ਦੇ ਨਾਲ ਕਿਵੇਂ ਜੁੜਿਆ ਆਉਂਦਾ ਹੈ। ਗੁਰੂ ਹਰ ਰਾਏ ਸਾਹਿਬ ਦੀ ਜੋਤੀ ਜੋ ਸਮਾਉਂਦੇ ਨੇ,
ਅਤੇ 30 ਮਾਰਚ 1664 ਦੇ ਵਿੱਚ ਜਿਹੜੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਗੱਦੀ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਇੱਕ ਲਿਖਾਰੀ ਹੈ ਹਿੰਦੁਸਤਾਨ ਦਾ, ਜਾਦੂਨਾਥ ਸਰਕਾਰ, ਉਹ ਕਹਿੰਦਾ ਦਿਸ ਇਜ਼ ਦਾ ਅਨਈਵੈਂਟਫੁੱਲ ਪੀਰੀਅਡ ਆਫ ਸਿੱਖ ਹਿਸਟਰੀ, ਕਹਿੰਦਾ ਇਹ ਸਿੱਖੀ ਦਾ ਘਟਨਾ ਤੋਂ ਰਹਿਤ ਸਮਾਂ ਹੈ। ਪਰ ਬਿਲਕੁਲ ਗਲਤ ਹੈ। ਉਹਦਾ ਸਵਾਲ ਕੀ ਹੈ ਕਿ 5 ਤੋਂ ਲੈ ਕੇ 7.5 ਸਾਲ ਦਾ ਬੱਚਾ ਗੁਰਗੱਦੀ ਦਾ ਅਧਿਕਾਰੀ ਕਿਵੇਂ ਹੋ ਸਕਦਾ ਹੈ, ਜਦੋਂ ਕਿ ਗੁਰਮਤ ਜਿਹੜੀ ਹੈ ਇਹ ਉਮਰ 'ਤੇ ਯਕੀਨ ਨਹੀਂ, ਗੁਰਮਤ ਜਿਹੜੀ ਹੈ ਇਹ ਬਜ਼ੁਰਗੀ ਕਿਸ ਚੀਜ਼ ਨੂੰ ਮੰਨਦੀ। ਜਿਸ ਤਰ੍ਹਾਂ ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਘਟਨਾ ਦਾ ਜ਼ਿਕਰ ਕੀਤਾ, ਕਿਉਂਕਿ ਜਦੋਂ ਤੁਸੀਂ ਇਤਿਹਾਸ ਨੂੰ ਵੇਖੋਗੇ ਨਾ, ਇੱਥੇ ਸਾਹਿਬਜ਼ਾਦੇ ਜਿਹੜੇ ਕਰ ਛੋਟੀ ਅਵਸਥਾ 'ਤੇ ਸ਼ਹਾਦਤ ਦੇ ਰਹੇ ਨੇ ਅਤੇ 90 ਸਾਲ ਦਾ ਭਾਈ ਮਨੀ ਸਿੰਘ ਵੀ ਬੰਦ ਕਟਾ ਰਿਹਾ। ਸਾਡੇ ਧਰਮ ਦੇ ਵਿੱਚ ਉਮਰ ਦਾ ਤਕਾਜ਼ਾ ਨਹੀਂ ਹੈ, ਉਮਰ ਨੂੰ ਵੇਖ ਕੇ ਨਹੀਂ ਕੀਤਾ ਜਾਂਦਾ। ਸ਼ੇਖ ਸਾਦੀ ਇੱਕ ਬੜੀ ਸੋਹਣੀ ਗੱਲ ਕਰਦਾ ਹੈ, ਕਹਿੰਦਾ ਕਿ ਮੈਂ ਕਿਤੇ ਜਾਣਾ ਪੈ ਗਿਆ, ਜਾ ਰਿਹਾ ਸੀ, ਮੇਰੇ ਨਾਲ ਮੇਰਾ ਮੁਰਗਾ ਸੀ ਅਤੇ ਮੈਂ ਆਪਣੇ ਗਧੇ ਦੇ ਉੱਪਰ ਕਿਤਾਬਾਂ ਲੱਦੀਆਂ ਹੋਈਆਂ ਸੀ। ਕਹਿੰਦਾ ਬੜੀ ਦੂਰ ਉਜਾੜ ਦੇ ਵਿੱਚ ਚਲਾ ਗਿਆ, ਕਈ ਦਿਨ ਲੰਘ ਗਏ, ਸਫ਼ਰ ਕਰਦਿਆਂ ਕਰਦਿਆਂ ਪੈਸੇ ਮੁੱਕ ਗਏ, ਅਖੀਰ 'ਤੇ ਜਾ ਕੇ 1 ਰੁਪਈਆ 1 ਮੋਹਰ ਮੇਰੇ ਕੋਲ ਰਹਿ ਗਈ। ਅਤੇ ਕਹਿੰਦੇ ਕਿ ਮੈਂ ਵੀ 2 ਦਿਨ ਤੋਂ ਭੁੱਖਾ ਸੀ, ਮੇਰਾ ਗਧਾ ਵੀ ਭੁੱਖਾ ਸੀ ਅਤੇ ਮੇਰਾ ਮੁਰਗਾ ਵੀ ਭੁੱਖਾ ਸੀ। ਕਹਿੰਦੇ ਮੈਂ ਸੋਚ ਰਿਹਾ ਸੀ ਕਿ ਜੇਕਰ ਮੈਂ ਖਾਣਾ ਹੈ ਤਾਂ ਗਧਾ ਅਤੇ ਮੁਰਗਾ ਭੁੱਖੇ ਰਹਿਣਗੇ, ਗਧੇ ਨੂੰ 1 ਮੋਹਰ ਦਾ ਚਾਰਾ ਦੇ ਦਿੰਦਾ, ਮੈਂ ਅਤੇ ਮੁਰਗਾ ਭੁੱਖੇ ਰਹਾਂਗੇ, ਮੈਂ ਕੀ ਕਰਾਂ। ਕਹਿੰਦੇ ਮੈਂ ਇਸੇ 6-5 ਦੇ ਵਿੱਚ ਚਿੰਤਾ 'ਚ ਸੀ, ਇੱਕ 5-6 ਸਾਲ ਦਾ ਬੱਚਾ ਮੇਰੇ ਸਾਹਮਣੇ ਆਇਆ ਅਤੇ ਕਹਿੰਦਾ, ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਬਜ਼ੁਰਗੋ, ਤੁਹਾਡਾ ਰੁਖਸਾਰ, ਤੁਹਾਡਾ ਚਿਹਰਾ ਬੜਾ ਸੂਫੀਆਨਾ ਹੈ, ਬੜਾ ਆਤਮਿਕ ਆਨੰਦ ਹੈ, ਆਤਮਿਕ ਖੇੜਾ ਹੈ, ਬੜਾ ਜਲਾਲ ਹੈ, ਪਰ ਤੁਸੀਂ ਪਰੇਸ਼ਾਨ ਕਿਉਂ ਹੈ। ਕਹਿੰਦੇ ਮੈਂ ਬੜਾ ਹੈਰਾਨ ਹੋਇਆ ਕਿ ਇੰਨਾ ਛੋਟਾ ਬੱਚਾ ਮੇਰੇ ਚਿਹਰੇ ਨੂੰ ਤੱਕ ਕੇ ਅੰਦਾਜ਼ਾ ਲਗਾ ਰਿਹਾ ਹੈ ਕਿ ਤਬੀਅਤ ਸੂਫੀਆਨਾ ਹੈ, ਪਰ ਪਰੇਸ਼ਾਨੀ ਕਿਉਂ। ਕਹਿੰਦੇ ਮੈਂ ਸੋਚਿਆ ਜੇ ਇੰਨਾ ਛੋਟਾ ਬੱਚਾ ਮੇਰੀ ਮੁਸ਼ਕਲ ਦਾ ਅੰਦਾਜ਼ਾ ਸਾਰ ਤੋਂ ਮੇਰੇ ਚਿਹਰੇ ਤੋਂ ਲਗਾ ਸਕਦਾ ਹੈ, ਕਿਉਂ ਨਾ ਸਾਂਝੀ ਕੀਤੀ ਜਾਵੇ। ਕਹਿੰਦੇ ਮੈਨੂੰ ਦੱਸ ਦਿੱਤਾ, ਬੇਟਾ ਮੇਰੇ ਕੋਲ 1 ਮੋਹਰ, ਅਸੀਂ 3 ਜਣੇ ਭੁੱਖੇ, ਕੀ ਹੱਲ ਕਰੀਏ। ਅਤੇ ਕਹਿੰਦੇ ਉਸ ਬੱਚੇ ਦਾ ਜਵਾਬ ਪਤਾ ਕੀ ਸੀ, ਬਜ਼ੁਰਗੋ ਚਿੱਟੀ ਦਾੜੀ ਹੋ ਗਈ, ਅਜੇ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਜੇ। ਕਹਿੰਦਾ ਮੈਂ ਕਿਹਾ ਬੇਟੇ ਇਹਦਾ ਕੀ ਭਾਵ ਹੈ। ਕਹਿੰਦਾ ਜਿੱਥੋਂ ਤੁਸੀਂ ਲੰਘ ਰਹੇ ਹੋ ਉੱਥੇ 1 ਰੁਪਈਏ ਦੇ ਕਈ ਤਰਬੂਜ਼ ਹਦਵਾਣੇ ਆ ਜਾਣਗੇ, ਤੁਸੀਂ 1 ਹਦਵਾਣਾ ਲਓ ਅੱਜ, ਉਹਨੂੰ ਕੱਟੋ, ਉਹਦੀਆਂ ਛਿੱਲਾਂ ਆਪਣੇ ਗਧੇ ਨੂੰ ਪਾ ਦਿਓ, ਬੀਜ ਕੱਢ ਕੇ ਆਪਣੇ ਮੁਰਗੇ ਨੂੰ ਪਾ ਦਿਓ, ਹਦਵਾਣਾ ਆਪ ਖਾ ਲਿਓ। ਕਹਿੰਦਾ ਮੈਂ ਉਸ ਵੇਲੇ ਜ਼ਮੀਨ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਏ, ਬਜ਼ੁਰਗੀ ਬਾ ਅਕਲ ਅਸਤ ਕੇ ਨਾ ਬਸਾਲ। ਸੱਚਮੁੱਚ ਹੀ ਬਜ਼ੁਰਗੀ ਸਿਆਣਪ ਦਾ ਨਾਂ ਹੈ, ਉਮਰ ਦਾ ਨਾਮ ਨਹੀਂ। ਅਕਸਰ ਤੁਸੀਂ ਜੀਵਨ 'ਚ ਵੇਖਦੇ ਹੋ ਕਈ ਵਾਰੀ ਬੱਚੇ ਸਿਆਣੀ ਗੱਲ ਕਰਦੇ ਨੇ ਅਤੇ ਕਈ ਵਾਰੀ ਬਹੁਤ ਵੱਡੇ ਵੀ ਬੱਚਿਆਂ ਵਾਲੀ ਗੱਲ ਕਰ ਦਿੰਦੇ ਨੇ। ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਇੱਧਰ ਗੁਰਗੱਦੀ 'ਤੇ ਬੈਠੇ ਨੇ ਅਤੇ ਉੱਧਰ ਬਾਬਾ ਮੱਖਣ ਸ਼ਾਹ ਜੀ ਜਿਹੜੇ ਨੇ ਇਹ ਜਹਾਜ਼ ਲੈ ਕੇ ਆਪਣਾ ਬੇੜਾ ਲੈ ਕੇ ਪੋਤ ਲਾ ਕੇ ਆਪਣੇ ਵਪਾਰ ਵਾਸਤੇ ਗਏ ਨੇ। ਜਿੰਨੀ ਕੁ ਇਤਿਹਾਸ ਦੀ ਖੋਜ ਕੀਤੀ ਹੈ, ਇਹਨਾਂ ਦਾ ਜਿਹੜਾ ਉੱਥੇ ਜਹਾਜ਼ ਦਾ ਫਸਣ ਦਾ ਟਾਈਮ ਹੈ ਉਹ ਜੁਲਾਈ 1664 ਬਣਦਾ ਹੈ। ਜੁਲਾਈ 1664 ਜਦੋਂ ਇੰਡੀਆ ਵਾਲੇ ਪਾਸੇ ਤੋਂ ਜਹਾਜ਼ ਅਫਰੀਕਾ ਵਾਲੇ ਪਾਸੇ ਨੂੰ ਗਲਫ ਆਫ ਕੈਂਬਰ ਦੇ ਰਸਤੇ ਜਾਂਦੇ ਸੀਗੇ ਅਤੇ ਵਾਪਸੀ ਜਿਹੜੀ ਆਉਂਦੀ ਸੀ ਉਹ ਸਰਦੀਆਂ 'ਚ ਹੁੰਦੀ ਸੀ, ਕਿਉਂਕਿ ਉਹਨਾਂ ਸਮੇਂ 'ਚ ਜਿਹੜੇ ਜਹਾਜ਼ ਹੁੰਦੇ ਸੀ ਉਹਨਾਂ ਨੂੰ ਵਾਜ਼ੂਪੋਤ, ਜਲ ਪੋਤਾਂ ਨੂੰ ਵਾਜ਼ੂਪੋਤ ਕਿਹਾ ਜਾਂਦਾ ਸੀ। ਤੁਸੀਂ ਅਜੇ ਵੀ ਵੇਖੇ ਹੋਣਗੇ ਫਿਲਮਾਂ ਦੇ ਵਿੱਚ ਕਿ ਵੱਡੇ ਵੱਡੇ ਕੱਪੜੇ ਉੱਪਰ ਨਾਲ ਟੰਗੇ ਹੁੰਦੇ ਨੇ, ਹਵਾ ਦੇ ਨਾਲ ਉਹਨਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ। ਸੋ ਇਹਦੇ ਵਿੱਚ ਗਰਮੀਆਂ ਦੇ ਸਮੇਂ 'ਚ ਮੌਨਸੂਨ ਦੇ ਹਿਸਾਬ ਨਾਲ ਇੱਧਰਲੇ ਪਾਸੇ ਤੋਂ ਉੱਧਰ ਜਹਾਜ਼ ਜਾਂਦੇ ਸੀ ਅਤੇ ਸਰਦੀਆਂ 'ਚ ਉੱਧਰ ਵਾਪਸ ਆਉਂਦੇ ਸੀ, ਕਿਉਂਕਿ ਹਵਾ ਦੇ ਨਾਲ ਚੱਲਣੇ ਹੁੰਦੇ ਸੀ। ਅਤੇ ਇਹੀ ਵਪਾਰ ਦਾ ਉਸ ਵੇਲੇ ਕ੍ਰਾਈਟੀਰੀਆ ਸੀ, ਇਹੀ ਵਪਾਰ ਦਾ ਮਾਧਿਅਮ ਸੀ। ਸੋ ਜਿਹੜਾ ਇਹਨਾਂ ਦੇ ਜਹਾਜ਼ ਫਸਣ ਦਾ ਸਾਨੂੰ ਵਕਤ ਲੱਗਦਾ ਹੈ ਉਹ ਜੁਲਾਈ 1664 ਲੱਗਦਾ ਹੈ। ਇੱਧਰ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਨੇ, ਬਾਦਸ਼ਾਹ ਨੇ ਬੁਲਾਇਆ, ਪਾਤਸ਼ਾਹ ਨੇ ਇਨਕਾਰ ਕਰ ਦਿੱਤਾ ਹੈ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਇੰਨੀ ਛੋਟੀ ਆਜੂ ਦੇ ਵਿੱਚ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਜਦੋਂ ਇਹ ਕਹਿ ਦਿੱਤਾ ਤਾਂ ਬਾਦਸ਼ਾਹ ਆਪ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਇਆ ਅਤੇ ਜਦੋਂ ਪਾਤਸ਼ਾਹ ਨੂੰ ਪਤਾ ਲੱਗਾ ਇੰਨੀ ਛੋਟੀ ਆਜੂ ਦੇ ਵਿੱਚ, ਪਾਤਸ਼ਾਹ ਨੇ ਝਰੋਖਾ ਬੰਦ ਕਰ ਦਿੱਤਾ। ਸਾਡੇ ਇਤਿਹਾਸਕਾਰ ਕਹਿੰਦੇ ਨੇ ਆਧ ਘੜੀ ਸ਼ਾਹ ਖੜ ਰਹੇ ਹੋ, 8 ਮਿੰਟ, ਅੱਧੀ ਘੜੀ ਬਾਦਸ਼ਾਹ ਉਸ ਜਗ੍ਹਾ ਦੇ ਸਾਹਮਣੇ ਖਲੋਤਾ ਰਿਹਾ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਹੈ, ਕਿ 8ਵੇਂ ਪਾਤਸ਼ਾਹ ਦੇ ਦੀਦਾਰ ਹੋ ਸਕਣ। ਪਾਤਸ਼ਾਹ ਨੇ ਦੀਦਾਰ ਨਹੀਂ ਦਿੱਤੇ। ਜਦੋਂ ਬਾਦਸ਼ਾਹ ਦਾ ਇੱਕ ਧਮਕੀ ਭਰਿਆ ਸੁਨੇਹਾ ਆਇਆ ਤਾਂ ਉਸ ਵੇਲੇ 8ਵੇਂ ਪਾਤਸ਼ਾਹ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜੈਤਸਰੀ ਦੀ ਵਾਰ ਦੇ ਵਿੱਚੋਂ ਜੇ ਜੀਵੇ
ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ਕਾਏ। ਇਸ ਸ਼ਬਦ ਦਾ ਫਾਰਸੀ ਅਨੁਵਾਦ ਕਰਕੇ ਔਰੰਗਜ਼ੇਬ ਨੂੰ ਭੇਜਿਆ। ਇਤਿਹਾਸਿਕ ਸਰੋਤਾਂ ਦੇ ਵਿੱਚ ਇਹ ਗੱਲ ਸਾਨੂੰ ਮਿਲਦੀ ਹੈ। ਅਸ਼ਟਮ ਬਲਬੀਰਾ ਨਾਂ ਦੀ ਕਿਤਾਬ ਪ੍ਰਿੰਸੀਪਲ ਸਤਬੀਰ ਸਿੰਘ ਦੀ ਲਿਖੀ ਹੋਈ, ਉਹਦੇ ਵਿੱਚ ਸਾਨੂੰ ਇਹ ਸਰੋਤ ਜਿਹੜਾ ਨਾ ਇਹ ਮਿਲ ਜਾਂਦਾ ਹੈ। ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਹੁਣ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲੱਗਾ ਕਿ ਬਾਬਾ ਜੀ ਤਾਂ ਉੱਧਰ ਵਪਾਰ ਵਾਸਤੇ ਗਏ ਹੋਏ ਨੇ, ਉਹਨਾਂ ਨੂੰ ਨਹੀਂ ਪਤਾ ਕਿ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਚੁੱਕੇ ਨੇ। ਜਦੋਂ ਮੈਂ ਸਾਰੇ ਇਤਿਹਾਸ ਦੀ ਖੋਜ ਕਰ ਰਿਹਾ ਸੀ ਤਾਂ ਕੁਦਰਤਨ ਗੁਲਵੰਤ ਸਿੰਘ ਹੁਣਾਂ ਦੀ ਐਡਿਟ ਕੀਤੀ ਹੋਈ ਇੱਕ 1963 ਦੀ ਕਿਤਾਬ, ਜਿਹਦੇ ਵਿੱਚ ਪੁਰਾਤਨ ਭੱਟਵਈਆਂ 'ਚੋਂ ਹਵਾਲੇ ਲੈ ਕੇ ਬਾਬਾ ਮੱਖਣ ਸ਼ਾਹ ਜੀ ਪਰਿਵਾਰ ਦੀਆਂ ਬੰਸਾਵਲੀਆਂ ਦਾ ਜ਼ਿਕਰ ਸੀ, ਉਹਦੇ ਵਿੱਚ ਮੈਨੂੰ ਉਹ ਅਰਦਾਸ ਮਿਲ ਗਈ ਜਿਹੜੀ ਉਹਨਾਂ ਨੇ ਜਹਾਜ਼ ਦੇ ਵਿੱਚ ਕੀਤੀ, ਉਸ ਵਕਤ ਕੀਤੀ। ਹੁਣ ਉਦੋਂ ਆਹ ਅਰਦਾਸ ਨਹੀਂ ਸੀ ਬਣੀ ਜਿਹੜੀ ਅਰਦਾਸ ਅਸੀਂ ਅੱਜ ਕਰਦੇ ਹਾਂ, ਜਿਹਦੇ 'ਚ ਪਹਿਲਾਂ ਅਸੀਂ ਪਹਿਲੇ 10 ਪਾਤਸ਼ਾਹਾਂ ਦੇ ਨਾਂ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ 5 ਪਿਆਰਿਆਂ ਦੀ, 40 ਮੁਕਤਿਆਂ ਦੀ, 4 ਸਾਹਿਬਜ਼ਾਦਿਆਂ ਦੀ, ਗੁਰਦੁਆਰਿਆਂ ਦਾ ਧਿਆਨ ਕਰਦੇ ਹਾਂ, ਫਿਰ ਅਸੀਂ ਸਿੱਖ ਦੀ ਮਨ ਬਿਰਤੀ ਦੀ ਗੱਲ ਕਰਦੇ ਹਾਂ, ਫਿਰ ਅਸੀਂ ਆਜ਼ਾਦੀ ਦੇ ਪ੍ਰਤੀਕ ਝੰਡੇ ਬੁੰਗਿਆਂ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਆਪਣੀ ਅਸੀਂ ਆਪਣੀ ਅਰਦਾਸ ਕਰਦੇ ਹਾਂ ਗੁਰੂ ਦੇ ਅੱਗੇ। ਉਦੋਂ ਇਹ ਅਰਦਾਸ ਨਹੀਂ ਸੀ, ਉਹ ਬੜੀ ਛੋਟੀ ਜਿਹੀ ਅਰਦਾਸ ਹੈ ਕਿ ਨਾਮ ਲੈ ਲੇ ਗੁਰੂ ਨਾਨਕ, ਇਸ ਤਰ੍ਹਾਂ ਦੇ ਨਾਲ ਹੈ। ਉਹ ਸਾਰੀ ਮੇਰੀ ਅਗਲੀ ਜਿਹੜੀ ਡਾਕੂਮੈਂਟਰੀ ਹੈ ਉਹਦੇ 'ਚ ਪੂਰੀ ਆ ਰਹੀ ਹੈ ਕਿ ਉਸ ਵੇਲੇ ਉਹਨਾਂ ਨੇ ਅਰਦਾਸ ਕੀ ਕੀਤੀ, ਕਿਉਂਕਿ ਉਦੋਂ ਆਹ ਅਰਦਾਸ ਨਹੀਂ ਸੀ। ਇਹ ਜਿਹੜੀ ਹੈ ਬਾਅਦ 'ਚ ਕਰ ਰਹੇ, ਇਹ ਬਾਅਦ 'ਚ ਬਣਾਈ ਗਈ ਹੈ ਸਿੱਖ ਰਿਆਤ ਮਰਿਆਦਾ ਦੇ ਮੁਤਾਬਕ। ਉਦੋਂ ਬੜੀ ਇੱਕ ਕਵਿਤਾ ਦੇ ਵਿੱਚ ਛੋਟੀ ਜਿਹੀ 4 ਕੁ ਲਾਈਨਾਂ ਦੀ ਅਰਦਾਸ ਸੀ ਜਿਹੜੀ ਉਹਨਾਂ ਨੇ ਅਰਦਾਸ ਕੀਤੀ। ਕੁਦਰਤਨ ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ, ਕੁਛ ਵੀਰ ਸਾਡੇ ਇਤਿਹਾਸਕਾਰ ਕਹਿ ਦਿੰਦੇ ਨੇ ਜੀ ਜਹਾਜ਼ ਬਰੇਤੇ 'ਚ ਫਸ ਗਿਆ। ਬਰੇਤੇ 'ਚ ਜਿਹੜੇ ਜਹਾਜ਼ ਚਲਾਉਣ ਵਾਲੇ ਜਾਂ ਇੰਨੇ ਵੱਡੇ ਕਾਫਲਿਆਂ ਦੇ ਮਾਹਰ ਹੁੰਦੇ ਨੇ ਨਾ, ਉਹਨਾਂ ਦੇ ਜਹਾਜ਼ ਬਰੇਤਿਆਂ 'ਚ ਨਹੀਂ ਫਸਦੇ, ਕਿਉਂਕਿ ਬਰੇਤੇ 'ਚ ਜਹਾਜ਼ ਫਸ ਜਾਵੇ ਤਾਂ ਕੁਝ ਸਮਾਨ ਵਿੱਚੋਂ ਕੱਢ ਕੇ ਸੁੱਟ ਜਾਓ, ਜਹਾਜ਼ ਉੱਪਰ ਆ ਜਾਂਦਾ। ਇਹਨੂੰ ਤ੍ਰੇਮੂ ਦਾ ਭੰਵਰ ਇਤਿਹਾਸ ਦੇ ਵਿੱਚ ਜਿਹੜੀਆਂ ਮੈਂ ਭੱਟਵਈਆਂ ਦੀ ਖੋਜ ਕੀਤੀ ਹੈ, ਇਹਨੂੰ ਕਹਿੰਦੇ ਨੇ ਤ੍ਰੇਮੂ ਦੇ ਭੰਵਰ 'ਚ ਫਸ ਗਿਆ, ਜਿਹਨੂੰ ਤੁਸੀਂ ਓਸ਼ੀਅਨ ਵਰਲਪੂਲ ਕਹਿੰਦੇ ਹੋ, ਸਮੁੰਦਰੀ ਘੁੰਮਣ ਘੇਰੇ। ਤ੍ਰੇਮੂ ਦਾ ਭੰਵਰ ਉਹ 'ਚ ਲਿਖਿਆ ਕਿ 3 ਥਾਵਾਂ ਤੋਂ ਆ ਕੇ ਜਿੱਥੇ ਜਲ ਧਾਰਾਂ ਇਕੱਠੀਆਂ ਹੁੰਦੀਆਂ ਨੇ ਉੱਥੇ ਜਿਹੜੀ ਬਹੁਤ ਵੱਡੀ ਵਰਲਪੂਲ ਬਣਦੀ, ਜਿਸ ਤਰ੍ਹਾਂ ਤੁਸੀਂ ਵਾਸ਼ਿੰਗ ਮਸ਼ੀਨ 'ਚ ਕੱਪੜੇ ਧੋਂਦੇ ਹੋ ਅਤੇ ਜਿਹੜੀ ਪਾਣੀ ਦੀ ਘੁੰਮਣ ਘੇਰੀ ਬਣਦੀ ਵਰਲਪੂਲ, ਉਹਨੂੰ ਓਸ਼ੀਅਨ ਵਰਲਪੂਲ, ਤ੍ਰੇਮੂ ਕਾ ਭੰਵਰ ਸ਼ਬਦ ਹੈ ਉਹਦੇ ਵਿੱਚ, ਉਸ ਦੇ ਵਿੱਚ ਫਸ ਗਿਆ। ਅਰਦਾਸ ਹੋਈ, ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਜਹਾਜ਼ ਜਿਹੜਾ ਸੀਗਾ ਉਹ ਬੰਨੇ ਲੱਗਾ ਅਤੇ ਜਦੋਂ ਦਿੱਲੀ ਪਹੁੰਚਦੇ ਨੇ, ਇਹਨਾਂ ਦੀ ਦਿੱਲੀ ਪਹੁੰਚਣ ਦੀ ਹੈ 17 ਸਤੰਬਰ 1664।